ਪਿੰਡਾਂ ਵਾਲਿਆਂ ਦਾ ਰੱਬ ਹੀ ਰੱਖ ਹੈ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਕੋਰੋਨਾ ਵਾਇਰਸ ਦੀ ਮਹਾਮਾਰੀ ਜਿੰਨਾ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਜੱਦੋਜਹਿਦ ਹੈ, ਓਨੀ ਹੀ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਿਉਂਦੇ ਰੱਖਣ ਦੀ ਵੀ ਜੱਦੋਜਹਿਦ ਹੈ। ਕਹਿੰਦੇ ਨੇ ਜ਼ਿੰਦਗੀ ਪਾਣੀ ਦਾ ਬੁਲਬਲਾ ਹੁੰਦੀ ਹੈ ਅਤੇ ਜ਼ਿੰਦਗੀ ਨਾਲੋਂ ਵੀ ਵੱਡੀ ਜ਼ਿੰਦਾ ਦਿਲੀ ਹੁੰਦੀ ਹੈ। ਨਿੱਕੀ ਜਿਹੀ ਜ਼ਿੰਦਗੀ ਦਾ ਆਖਰੀ ਸਾਹ ਪਤਾ ਨਹੀਂ ਕਿਹੜਾ ਬਣ ਜਾਣਾ, ਕੋਈ ਨਹੀਂ ਜਾਣਦਾ। ਲਾਗ ਦੀ ਇਸ ਬਿਮਾਰੀ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਤਾਂ ਬਹੁਤ ਜ਼ਰੂਰੀ ਹੈ, ਮਾਸਕ ਪਾਉਣਾ ਵੀ ਬਹੁਤ ਜ਼ਰੂਰੀ ਹੈ, ਪਰ ਦੂਸਰਿਆਂ ਦੀ ਮਦਦ ਤੋਂ ਅੱਖਾਂ ਨਾ ਫੇਰੀਏ। ਦਿਲਾਂ ਦੇ ਵਿੱਚ ਡਿਸਟੈਂਸ ਨਾ ਬਣਾ ਕੇ ਰੱਖੀਏ, ਇਹੀ ਤਾਂ ਸਮਾਂ ਹੈ ਮਦਦ ਕਰਨ ਦਾ। ਅਖੀਰ ਤੇ ਕੁੱਲ ਜਹਾਨ ਤਾਂ ਇਹੀ ਹੈ ਨਾ, ਆਪਣੇ ਆਪ ਨੂੰ ਇਸ ਤਰ੍ਹਾਂ ਬਚਾ ਕੇ ਵੀ ਕੀ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਨੂੰ ਦੇਖ ਕੇ ਕਿਹਾ ਕਰਨ ਕਿ ਉਹੀ ਅਕਿਰਤਕਣ ਹੈ ਜਿਸਨੇ ਲੋੜ ਵੇਲੇ ਸਭ ਕੁਛ ਹੁੰਦੇ ਸੁਣਦੇ ਹੋਏ ਮਦਦ ਨਹੀਂ ਸੀ ਕੀਤੀ। ਅਤੇ ਸਦਾ ਯਾਦ ਰੱਖਣਾ ਚਾਹੀਦਾ ਕਿ ਜਦੋਂ ਆਪਣੇ ਕੋਲ ਕੋਈ ਵੀ ਆਦਮੀ, ਕੋਈ ਵੀ ਬੰਦਾ, ਕੋਈ ਵੀ ਮਨੁੱਖ ਕੁਛ ਮੰਗਣ ਲਈ ਆਉਂਦਾ ਤਾਂ ਦਿਲ ਦੇ ਵਿੱਚ ਬੜੀ ਆਸ ਰੱਖ ਕੇ ਆਉਂਦਾ ਕਿ ਇੱਥੋਂ ਮੈਨੂੰ ਕੁਛ ਮਿਲੂਗਾ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਖਾਲੀ ਨਾ ਮੋੜੀਏ। ਪਿੰਡਾਂ ਦਾ ਕੀ ਹਾਲ ਹੈ, ਤੁਸੀਂ ਵੀ ਸੁਣਿਆ ਹੋਣਾ ਹੈ ਕਿ ਬੜਾ ਮਾੜਾ ਹਾਲ ਹੈ। ਖਾਸ ਕਰਕੇ ਪੰਜਾਬ ਦੇ ਪਿੰਡਾਂ ਦੀ ਆਪਾਂ ਗੱਲ ਕਰਾਂਗੇ। ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਕਿ ਯੂਪੀ ਦੇ ਪਿੰਡਾਂ ਦੇ ਵੀ ਹਾਲਾਤ ਆਪਾਂ ਜਾਣੀਏ, ਕਿਉਂਕਿ ਯੂਪੀ ਦੇ ਵਿੱਚ ਜੋ ਕੁਛ ਹੋ ਰਿਹਾ, ਮੁਰਦੇ ਨੇ ਜਿਹੜੇ ਉਹ ਬਾਹਰ ਦਿਖਾਈ ਦੇ ਰਹੇ ਨੇ ਗੰਗਾ ਦੇ ਕੰਢੇ, ਉਹ ਦ੍ਰਿਸ਼ ਨੇ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੇ ਨੇ। ਸੋ ਪੰਜਾਬ ਦੇ ਪਿੰਡਾਂ ਦੇ ਵਿੱਚ ਮਾੜਾ ਹਾਲ ਹੈ ਅਤੇ ਉਸ ਤੋਂ ਵੀ ਮਾੜਾ ਹਾਲ ਸਾਡੀ ਸਰਕਾਰ ਦਾ ਹੈ, ਸਿਹਤ ਪ੍ਰਬੰਧਾਂ ਦਾ ਹੈ। ਉਹ ਸਿਹਤ ਪ੍ਰਬੰਧ ਜਿਹੜੇ ਪਿੰਡਾਂ ਤੱਕ ਅੱਪੜਦੇ ਹੀ ਨਹੀਂ। ਆਹ ਤਸਵੀਰਾਂ ਤੁਸੀਂ ਦੇਖ ਲਓ ਜੇ ਤੁਹਾਨੂੰ ਨਹੀਂ ਯਕੀਨ। ਕੱਲ੍ਹ ਯਾਨੀ ਕਿ 16 ਮਈ ਨੂੰ ANI ਨੇ ਪੋਸਟ ਕੀਤੀਆਂ ਨੇ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੀਆਂ ਤਸਵੀਰਾਂ ਨੇ। ਪਿੰਡ ਵਾਸੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਦਾ ਕੋਰੋਨਾ ਸਥਿਤੀ ਨੂੰ ਲੈ ਕੇ ਸਾਡੇ ਪਿੰਡ ਵੱਲ ਕੋਈ ਧਿਆਨ ਨਹੀਂ ਹੈ। ਕਹਿੰਦੇ ਨੇ ਕਿ ਸਾਡੇ ਪਿੰਡ ਵਿੱਚ ਪਿਛਲੇ 1 ਸਾਲ ਤੋਂ 1 ਵੀ ਸਿਹਤ ਕਰਮੀ ਨਹੀਂ ਆਇਆ। ਪਿੰਡ ਦੇ 1 ਵਿਅਕਤੀ ਨੇ ਖੁਦ ਦੱਸਿਆ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਆਈ ਹੈ ਉਦੋਂ ਤੋਂ ਸਰਕਾਰ ਵੱਲੋਂ ਕੋਈ ਵੀ ਸਿਹਤ ਕਰਮੀ ਜਾਂ ਸਿਹਤ ਅਧਿਕਾਰੀ ਸਾਡੇ ਪਿੰਡ ਦੇ ਵਿੱਚ ਨਹੀਂ ਭੇਜਿਆ ਗਿਆ। ਲੋਕ ਘਰਾਂ ਦੇ ਵਿੱਚ ਰਹਿ ਕੇ ਹੀ ਇਲਾਜ ਕਰਵਾ ਰਹੇ ਨੇ। ਕੋਰੋਨਾ ਦੀ ਜਾਂਚ ਲਈ ਵੀ ਕੋਈ ਅਧਿਕਾਰੀ ਇਸ ਪਿੰਡ ਦੇ ਵਿੱਚ ਨਹੀਂ ਆਇਆ ਹੈ। ਤੇ ਅੱਜ ANI ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਅੰਮ੍ਰਿਤਸਰ ਦੇ ਪਿੰਡ ਡਾਉਕੇ ਤੇ ਰਜਾਤਾਲ, ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਵੱਧਦੇ ਜ਼ੋਰ ਦੇ ਵਿੱਚ ਸਰਹੱਦੀ ਪਿੰਡਾਂ ਦੇ ਵਿੱਚ ਸਹੂਲਤਾਂ ਦੀ ਬੜੀ ਘਾਟ ਹੈ। ਹਾਲਾਂਕਿ ਸਰਹੱਦੀ ਪਿੰਡਾਂ ਦੇ ਵਿੱਚ ਹਰ ਕਿਸੇ ਚੀਜ਼ ਦੀ ਘਾਟ ਹੁੰਦੀ ਹੈ, ਉੱਥੇ ਸਿਹਤ ਹੋਵੇ, ਸਿੱਖਿਆ ਹੋਵੇ, ਬਹੁਤ ਹੀ ਮਾੜਾ ਹਾਲ ਹੁੰਦਾ। ਇੱਕ ਪਿੰਡ ਦੇ ਆਦਮੀ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਕੋਈ ਡਾਕਟਰੀ ਸਹੂਲਤ ਨਹੀਂ ਹੈ, ਅਸੀਂ ਐਮਰਜੈਂਸੀ ਦੀ ਹਾਲਾਤ ਦੇ ਵਿੱਚ ਜਦੋਂ ਹੁੰਦੇ ਹਾਂ ਤਾਂ ਸਾਨੂੰ ਹਸਪਤਾਲ ਦੇ ਲਈ 50 ਕਿਲੋਮੀਟਰ ਦੀ ਯਾਤਰਾ ਕਰਕੇ ਜਾਣਾ ਪੈਂਦਾ, ਯਾਨੀ ਕਿ ਪਿੰਡਾਂ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਹਸਪਤਾਲ ਹੈ। ਸੋਚ ਸਕਦੇ ਹੋ ਕਿ 50 ਕਿਲੋਮੀਟਰ ਨੂੰ ਟਾਈਮ ਕਿੰਨਾ ਲੱਗਦਾ ਹੋਏਗਾ ਪਹੁੰਚਣ ਲੱਗੇ। ਕਹਿੰਦੇ ਇੱਥੇ ਵੀ ਕੋਈ ਵੀ ਟੀਕਾ ਜਾਗਰੂਕਤਾ ਦੇ ਲਈ ਨਹੀਂ ਆਇਆ ਹੈ। ਪੰਜਾਬ ਦੇ ਖਾਸ ਕਰਕੇ ਮਾਲਵਾ ਪੱਟੀ ਦੇ ਵਿੱਚ ਪਿੰਡਾਂ ਦੇ ਵਿੱਚ ਕੋਰੋਨਾ ਦਾ ਕਹਿਰ ਇਸ ਵਕਤ ਛਾਇਆ ਹੋਇਆ, ਹਰ ਕੋਈ ਇਸ ਦਾ ਜ਼ਿਕਰ ਕਰ ਚੁੱਕਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਦਰਮਿਆਨ ਕਹਿ ਰਹੇ ਨੇ ਕਿ ਪਿੰਡਾਂ ਨੂੰ ਬਚਾ ਲਓ, ਪਰ ਕਹਿੰਦੇ ਨੇ ਪਿੰਡਾਂ ਵਾਲੇ ਆਪਣੇ ਆਪ ਹੀ ਬਚਾ ਲੈਣ ਆਪਣੇ ਆਪ ਨੂੰ। ਕੈਪਟਨ ਸਾਹਿਬ ਕਹਿੰਦੇ ਨੇ ਮੈਨੂੰ ਚਿੰਤਾ ਬਹੁਤ ਹੈ, ਪਰ ਸਾਡੀਆਂ ਸਿਹਤ ਟੀਮਾਂ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਨੇ, ਤੁਸੀਂ ਜਦੋਂ ਮਰਜ਼ੀ ਪਹੁੰਚ ਕਰ ਲਓ, ਠੀਕਰੀ ਪਹਿਰੇ ਲਾ ਲਓ, ਕਿਸੇ ਬਾਹਰਲੇ ਨੂੰ ਨਾ ਆਉਣ ਦਿਓ ਪਿੰਡ ਦੇ ਵਿੱਚ। ਤਕਲੀਫ 'ਚ ਨੇ ਕੈਪਟਨ ਸਾਹਿਬ ਕਿ ਤੁਸੀਂ ਮੇਰੀ ਗੱਲ ਸੁਣਦੇ ਕਿਉਂ ਨਹੀਂ। ਕੈਪਟਨ ਨੇ 31 ਮਈ ਤੱਕ ਜਿਹੜੀਆਂ ਪਾਬੰਦੀਆਂ ਵਧਾ ਦਿੱਤੀਆਂ ਨੇ, ਉਸ ਦੌਰਾਨ ਵੀ ਕੈਪਟਨ ਨੇ ਕਿਹਾ ਕਿ ਪੇਂਡੂ ਇਲਾਕਿਆਂ ਦੇ ਵਿੱਚ ਹੋਰ ਪਾਬੰਦੀਆਂ ਲਾਈਆਂ ਜਾਣ। ਕਿਉਂ ਆਪਾਂ ਆਪਣੇ ਪੰਜਾਬ ਦਾ, ਆਪਣੇ ਪਰਿਵਾਰਾਂ ਦਾ, ਆਪਣੇ ਆਪ ਦਾ ਨੁਕਸਾਨ ਆਪਾਂ ਕਰਾ ਰਹੇ ਹਾਂ? ਤਾਂ ਮੇਰੀ ਬੇਨਤੀ ਹੈ ਤੁਹਾਨੂੰ ਕਿ ਆਹ ਤੁਸੀਂ ਹੁਣ ਇਹ ਜਿਹੜੇ 2 ਮਹੀਨੇ ਪਾਪਾ ਨੂੰ ਪਏ ਨੇ, ਤੁਸੀਂ ਹਿੰਮਤ ਕਰੋ ਆਪਣੇ ਪਰਿਵਾਰਾਂ। ਅਸੀਂ ਠੀਕਰੀ ਪਹਿਰੇ ਕਹੇ ਨੇ ਪਿੰਡਾਂ ਦੇ ਵਿੱਚ, ਹੁਣ ਪਿੰਡਾਂ ਦੇ ਵਿੱਚ ਇਹ ਬਿਮਾਰੀ ਪੈਣੀ, ਪਹਿਲਾਂ ਸ਼ਹਿਰਾਂ 'ਚ ਸੀ, ਹੁਣ ਪਿੰਡਾਂ ਦੇ ਵਿੱਚ ਆ ਗਈ। ਠੀਕਰੀ ਪਹਿਰੇ ਲਾਓ, ਤੁਸੀਂ ਲੋਕਾਂ ਨੂੰ ਨਾ ਵੜਨ ਦਿਓ ਉੱਥੇ, ਲੋਕਾਂ ਨੂੰ ਜਿਹੜੀ ਬਿਮਾਰੀ ਉਹਨਾਂ ਕੋਲ ਬਾਹਰ ਹੀ ਚਲੇ ਜਾਓ ਇੱਥੋਂ, ਜਾਂ ਜਾ ਕੇ ਡਾਕਟਰ ਕੋਲ ਲੈ ਕੇ ਸਰਟੀਫਿਕੇਟ ਲੈ ਕੇ ਆਓ। ਆਹ ਤਰੀਕਾ ਤੁਹਾਨੂੰ ਕਰਨਾ ਪਊਗਾ ਅਗਰ ਆਪਣੇ ਪੰਜਾਬ ਨੂੰ ਬਚਾਉਣਾ। ਦੇਖੋ ਦੁਨੀਆ ਦੇ ਵਿੱਚ ਕੈਸੇ ਫੈਲ ਰਹੀ ਹੈ, ਅਮਰੀਕਾ ਦੇਖ ਲਓ, ਯੂਰਪ ਦੇਖ ਲਓ, UK ਦੇਖ ਲਓ, ਸਾਰੇ ਕਿਤੇ ਦੇਖ ਲਓ, ਹਿੰਦੁਸਤਾਨ ਦੇ ਹੋਰ ਸੂਬਿਆਂ ਨੂੰ ਦੇਖ ਲਓ, ਦਿੱਲੀ ਦੇਖ ਲਓ, ਸਾਡਾ ਜਿਹੜਾ ਕੈਪੀਟਲ ਹੈ ਇੰਡੀਆ ਦਾ, ਉੱਥੇ ਪਤਾ ਨਹੀਂ ਕਿੰਨੇ ਰੋਜ਼ 27-28 ਹਜ਼ਾਰ, ਬੰਬਈ ਦੇਖ ਲਓ ਭਰ ਗਿਆ ਇੱਥੇ ਲੋਕਾਂ ਨਾਲ, ਔਰ ਕਿੰਨੀਆਂ ਮੌਤਾਂ ਹੋਈਆਂ ਨੇ ਇੱਥੇ। ਆਪਾਂ ਕੀ ਪੰਜਾਬ ਨੂੰ ਚਾਹੁੰਦੇ ਹਾਂ ਕਿ ਇੱਥੇ ਇਹੋ ਜਿਹੇ ਹਾਲਾਤ ਇੱਥੇ ਬਣਨ? ਸਰਕਾਰ ਦੀ ਮਦਦ ਕਰੋ। ਡੇਲੀ ਮੈਂ ਇਹ ਰਿਪੋਰਟ ਲੈਂਦਾ, ਡੇਲੀ ਮੈਂ ਦੇਖ ਰਿਹਾ ਕਿ ਕਿਆ ਹੋ ਰਿਹਾ ਪੰਜਾਬ ਦੇ ਵਿੱਚ। ਡੇਲੀ ਹਰ ਦੂਜੇ ਤੀਜੇ ਦਿਨ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਔਰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਮਝੋ, ਔਰ ਮੇਰੀ ਬੇਨਤੀ ਹੈ ਤੁਹਾਨੂੰ
कि अपने परिवारों अपने गुआढ़ियों अपने रिश्तेदारों अपने परिवार अपने मोहल्लों अपने पिंडों बचाओ और ये तुसी वो कर सकते होर नहीं कोई कर सकता। पंजाब के मुख्यमंत्री कैप्टन अमरिंदर सिंह ने पिंडां दे विच करोना नूं रोकण दे लई कोविड फतेह प्रोग्राम चलाउण दे हुकम दित्ते ने। इस प्रोग्राम दे तहत पिंडां दे विच घर घर पहुँच के जांच कीती जाऊगी। वड्डा उन्होंने ऐलान किया है घर घर पहुँच के जांच करना। सोचो कि किन्नियां टीमां तैनात करनियां पैणगियां उहदे लई ते की पंजाब सरकार इन्नियां टीमां तैनात करेगी। कहिंदे इस दे नाल नाल करोना दा टीकाकरण भी पिंडां दे विच कीता जाएगा। मुख्यमंत्री ने पावरकॉम नूं भी हदायत कीती कि हस्पतालां दे विच बिना रुकावट बिजली सप्लाई की जाए। उन्होंने भी कहा कि पंजाब दे विच बाहरी सूबों तो आने वाले मरीजों की देखभाल भी यकीनी बनाई जाए। सो करोना का कहर पिंडां दे विच टुटण तो बाद कैप्टन अमरिंदर सिंह ने कोविड फतेह प्रोग्राम चलाउण दे हुकम दित्ते ने। गुआंढी सूबे हरियाणा दे विच भी पिंडां च लाग वधी है। इत्थे पिंडां दे विच घर घर जाके करोना मरीजों की पछाण लई 8000 बहु अनुशासनी टीमां गठित कीतियां गईआं ने, जिन्हां की अगवाई सिखलाई याफ्ता डॉक्टर मानता प्राप्त समाजिक सेहत कारकुन यानी कि आशा वर्कर ते आंगनवाड़ी वर्कर करनगे। हरियाणा दे मुख्यमंत्री मनोहर लाल खट्टर ने कहा सी के कोविड-19 दा फैला सिर्फ शहरी इलाकों तक सीमित नहीं रहा, हुण ए पेंडू इलाकों वल भी वध चुकिया ते पिंडां दे विच करोना दी दूसरी लहर ने वड्डी सट मारी है। पर इस दे नाल नाल मुख्यमंत्री खट्टर तां ए भी कह चुके ने कि पिंडां दे विच लाग वधण दा कारण किसानां दे धरने ने। पिंडां विचों किसान किसानां दे धरनियां विच जांदे ने, ਜਿੱਥੇ ਜਿੱਥੇ ਲੱਗੇ ਹੁੰਦੇ ਨੇ ਫਿਰ ਉੱਥੋਂ ਵਾਪਸ ਜਦੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਕਰੋਨਾ ਲਿਆ ਕੇ ਫੈਲਾ ਦਿੰਦੇ ਨੇ। ਹਾਲਾਂਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਬਿਆਨ ਦੀ ਕਿਸਾਨ ਲੀਡਰਾਂ ਨੇ ਜੰਮ ਕੇ ਨਿਖੇਧੀ ਕੀਤੀ ਹੈ ਅਤੇ ਜਵਾਬ ਵੀ ਤਿੱਖਾ ਉਹਨਾਂ ਨੇ ਦਿੱਤਾ। ਖੈਰ ਪਿੰਡਾਂ ਦੇ ਵਿੱਚ ਲਾਸ਼ਾਂ ਵਿਛਣ ਤੋਂ ਬਾਅਦ ਮੋਦੀ ਸਰਕਾਰ ਵੀ ਜਾਗੀ। ਮੋਦੀ ਸਰਕਾਰ ਨੂੰ ਜਾਗ ਆਈ ਅਤੇ ਕਿਹਾ ਕਿ ਪਿੰਡਾਂ ਦੇ ਵਿੱਚ ਫਲੂ ਵਰਗੀ ਬਿਮਾਰੀ ਅਤੇ ਸਾਹ ਲੈਣ ਦੀ ਤਕਲੀਫ ਵਾਲੇ ਕੇਸਾਂ ਦੀ ਸਮੇਂ-ਸਮੇਂ ਸਿਰ ਆਸ਼ਾ ਵਰਕਰਾਂ ਦੇ ਵੱਲੋਂ ਜਾਂਚ ਕੀਤੀ ਜਾਵੇ। ਆਸ਼ਾ ਵਰਕਰਾਂ ਦੇ ਵੱਲੋਂ ਪਿੰਡਾਂ ਦੇ ਸਿਹਤ ਸੈਨੀਟੇਸ਼ਨ ਅਤੇ ਨਿਊਟ੍ਰੀਸ਼ਨ ਕਮੇਟੀ ਦੀ ਸਹਾਇਤਾ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਸੋ ਹੁਣ ਪਿੰਡਾਂ ਵਾਲੇ ਜਿਹੜੇ ਸੁਣਦੇ ਹੋਣਗੇ ਉਹ ਸੁਣ ਕੇ ਸ਼ਾਇਦ ਹੈਰਾਨ ਹੋ ਰਹੇ ਹੋਣਗੇ, ਸੋਚ ਰਹੇ ਹੋਣਗੇ ਕਿ ਪਿੰਡਾਂ ਦੇ ਵਿੱਚ ਸਿਹਤ ਸੈਨੀਟੇਸ਼ਨ ਤੇ ਨਿਊਟ੍ਰੀਸ਼ਨ ਕਮੇਟੀਆਂ ਕਿਹੜੀਆਂ ਹੁੰਦੀਆਂ ਨੇ ਤੇ ਇਹ ਕਦੋਂ ਸਰਕਾਰ ਨੇ ਬਣਾ ਦਿੱਤੀਆਂ। ਕੇਂਦਰ ਨੇ ਕਿਹਾ ਕਿ ਬਿਮਾਰ ਲੋਕਾਂ ਦਾ ਸਮੁਦਾਇਕ ਸਿਹਤ ਅਧਿਕਾਰੀ ਨਾਲ ਟੈਲੀਫੋਨ ਤੇ ਇਲਾਜ ਵੀ ਕੀਤਾ ਜਾਵੇ। ਇਹ ਕੇਂਦਰ ਹੁਕਮ ਦੇ ਰਿਹਾ ਕਿ ਪਿੰਡਾਂ ਦੇ ਵਿੱਚ ਇਹ ਪ੍ਰਬੰਧ ਕਰੋ, ਪਰ ਇਹ ਹੋਣਗੇ ਜਾਂ ਨਹੀਂ ਹੋਣਗੇ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਤੁਸੀਂ ਜਾਣਦੇ ਹੋ ਕਿ ਹੋਣਾ ਕੀ ਹੈ। ਕਹਿੰਦੇ ਘੱਟ ਆਕਸੀਜਨ ਜਾਂ ਸਾਹ ਵਿੱਚ ਤਕਲੀਫ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੇ ਕੇਂਦਰਾਂ ਵਿੱਚ ਭੇਜਿਆ ਜਾਵੇ। ਕੇਂਦਰ ਦੇ ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਹਰੇਕ ਪਿੰਡ ਦੇ ਵਿੱਚ ਢੁਕਵੇਂ ਆਕਸੀਮੀਟਰਾਂ ਅਤੇ ਥਰਮਾਮੀਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ। ਹੁਣ ਅੱਗੇ ਜਾ ਕੇ ਇਸੇ ਪ੍ਰਾਈਮ ਟਾਈਮ ਦੇ ਵਿੱਚ ਆਪਾਂ ਪਿੰਡਾਂ ਵਾਲਿਆਂ ਤੋਂ ਹੀ ਜਾਣਾਂਗੇ ਕਿ ਉਹਨਾਂ ਦੇ ਪਿੰਡਾਂ ਵਿੱਚ ਆਕਸੀਮੀਟਰ ਅਤੇ ਥਰਮਾਮੀਟਰ ਹੈਗੇ ਆ ਜਾਂ ਨਹੀਂ ਹੈਗੇ। ਕਹਿੰਦੇ ਮੋਰਲੀ ਕਤਾਰ ਦੇ ਵਰਕਰਾਂ ਵਲੰਟੀਅਰਾਂ ਇਹਨਾਂ ਦੇ ਵੱਲੋਂ ਇਕਾਂਤਵਾਸ ਦੇ ਵਿੱਚ ਰਹਿ ਰਹੇ ਮਰੀਜ਼ਾਂ ਦਾ ਹਾਲ ਚਾਲ ਨਿਯਮਤ ਤੌਰ 'ਤੇ ਪੁੱਛਿਆ ਜਾਵੇ। ਹਦਾਇਤਾਂ ਮੁਤਾਬਿਕ ਅਜਿਹੇ ਸਾਰੇ ਕੇਸਾਂ ਦੇ ਲਈ ਘਰੇਲੂ ਇਕਾਂਤਵਾਸ ਕਿੱਟ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਜਿਸ ਵਿੱਚ ਦਵਾਈਆਂ ਦੇ ਨਾਲ ਨਾਲ ਪਰਹੇਜ਼ ਰੱਖੇ ਜਾਣ ਵਾਲੇ ਪਰਚੇ ਵੀ ਹੋਣੇ ਚਾਹੀਦੇ ਨੇ। ਪਰ ਪਰਚੇ ਨੇ ਜਿਹੜੇ ਉਹਨਾਂ ਨੂੰ ਸਿਰਫ ਪੜ੍ਹੇ ਲਿਖੇ ਵਿਅਕਤੀ ਹੀ ਪੜ੍ਹ ਸਕਦੇ ਨੇ। ਕੋਵਿਡ ਕੇਅਰ ਸੈਂਟਰ, ਸਕੂਲਾਂ, ਕਮਿਊਨਿਟੀ ਹਾਲ, ਮੈਰਿਜ ਹਾਲ, ਪੰਚਾਇਤ ਇਮਾਰਤਾਂ ਜਾਂ ਹੋਰ ਖੁੱਲ੍ਹੇ ਥਾਵਾਂ 'ਤੇ ਵੀ ਬਣਾਏ ਜਾ ਸਕਦੇ ਨੇ। ਇਹ ਸਿਰਫ ਪਿੰਡਾਂ ਦੀ ਗੱਲ ਹੋ ਰਹੀ ਹੈ ਕਿ ਪਿੰਡਾਂ ਦੇ ਵਿੱਚ ਕੋਵਿਡ ਕੇਅਰ ਸੈਂਟਰ ਵੀ ਬਣਾਏ ਜਾਣ। ਕੇਂਦਰ ਸਰਕਾਰ ਨੇ ਕਿਹਾ ਕਿ ਇਹ ਸੈਂਟਰ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਘੱਟੋ ਘੱਟ ਇੱਕ ਕੋਵਿਡ ਹਸਪਤਾਲ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ, ਕਨੈਕਟਡ ਹੋਣੇ ਚਾਹੀਦੇ ਨੇ, ਤਾਂ ਜੋ ਹਾਲਤ ਗੰਭੀਰ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਇੱਥੇ ਭੇਜਿਆ ਜਾ ਸਕੇ। ਹੁਣ ਕੇਂਦਰ ਸਰਕਾਰ ਨੇ ਇੰਨੇ ਐਲਾਨ ਕਰ ਦਿੱਤੇ ਨੇ ਅਤੇ ਇਸ ਦਰਮਿਆਨ ਸਵਾਲ ਨੇ ਜਿਹੜੇ ਉਹ ਵੀ ਬਹੁਤ ਆਉਂਦੇ ਨੇ ਮਨ ਦੇ ਵਿੱਚ। ਇਹ ਨਿਰਦੇਸ਼ ਨੇ ਜਿਹੜੇ ਆਖਿਰਕਾਰ ਲਾਗ ਫੈਲਣ ਤੋਂ ਬਾਅਦ ਹੀ ਕਿਉਂ ਜਾਰੀ ਕੀਤੇ ਗਏ? ਸਭ ਤੋਂ ਵੱਡਾ ਸਵਾਲ ਇਹੀ ਹੈ, ਕਿਉਂਕਿ ਸਾਡੇ ਮੁਲਕ ਦੇ ਸਿਸਟਮ ਦੇ ਵਿੱਚ ਸਭ ਤੋਂ ਵੱਡੀ ਘਾਟ ਹੀ ਇਹ ਹੈ ਕਿ ਅਸੀਂ ਬਾਅਦ 'ਚੋਂ ਜਾਗਦੇ ਹਾਂ। ਸਾਡੇ ਸਿਸਟਮ ਦੀ ਸਮੱਸਿਆ ਹੀ ਇਹ ਹੈ ਕਿ ਨੁਕਸਾਨ ਹੋਣ ਤੋਂ ਬਾਅਦ ਹੀ ਇੱਥੇ ਸਭ ਨੂੰ ਜਾਗ ਆਉਂਦੀ ਹੈ। ਪਹਿਲਾਂ ਨਾ ਮੀਡੀਆ ਜਾਗਦਾ, ਨਾ ਸਰਕਾਰ ਜਾਗਦੀ ਹੈ ਅਤੇ ਨਾ ਹੀ ਸ਼ਾਇਦ ਅਸੀਂ ਲੋਕ ਜਾਗਦੇ ਹਾਂ। ਜਦੋਂ ਬੰਦਾ ਮਰ ਜਾਂਦਾ ਫਿਰ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਦੇ ਇਲਾਜ ਦਾ ਸਾਰਾ ਖਰਚਾ ਦੇਵਾਂਗੇ, ਪਰ ਜਦੋਂ ਉਸ ਬੰਦੇ ਦਾ ਇਲਾਜ ਹੋਣਾ ਹੁੰਦਾ, ਉਹਦੇ ਆਰਥਿਕ ਹਾਲਾਤ ਠੀਕ ਨਹੀਂ ਹੁੰਦੇ, ਉਹ ਕੁਰਲਾ ਰਿਹਾ ਹੁੰਦਾ, ਉਦੋਂ ਸਰਕਾਰ ਕਦੇ ਨਹੀਂ ਪਹੁੰਚਦੀ ਕਿ ਅਸੀਂ ਤੇਰਾ ਇਲਾਜ ਕਰਾਂਗੇ। ਉਦੋਂ ਕੋਈ ਬਾਤ ਨਹੀਂ ਪੁੱਛਦਾ। ਜਦੋਂ ਖਸਤਾ ਹਾਲਤ ਇਮਾਰਤਾਂ ਢਹਿ ਜਾਂਦੀਆਂ ਨੇ, ਪੁਲ ਟੁੱਟ ਜਾਂਦੇ ਨੇ, ਜਾਨੀ ਨੁਕਸਾਨ ਹੋ ਜਾਂਦੇ ਨੇ, ਉਦੋਂ ਕਹਿੰਦੇ ਨੇ ਨਵਾਂ ਬਣਾਵਾਂਗੇ, ਪਰ ਪਹਿਲਾਂ ਅੱਖਾਂ ਕਿਉਂ ਬੰਦ ਕਰ ਲੈਂਦੇ ਨੇ ਇਹਦੀ ਸਮਝ ਕਿਸੇ ਨੂੰ ਨਹੀਂ ਸ਼ਾਇਦ ਆਉਣੀ। ਅਤੇ ਇਹੀ ਸਾਡੇ ਲੋਕਾਂ ਦੀ ਬਦਕਿਸਮਤੀ ਹੈ ਕਿ ਇੱਥੇ
ਲੀਡਰ ਨੁਕਸਾਨ ਅਤੇ ਮੌਤਾਂ ਨੂੰ ਪਹਿਲਾਂ ਉਡੀਕਦੇ ਹੀ ਰਹਿੰਦੇ ਨੇ ਕਿ ਜਦੋਂ ਨੁਕਸਾਨ ਹੋਊਗਾ ਫਿਰ ਅਸੀਂ ਕੁਛ ਕਰਾਂਗੇ, ਨਹੀਂ ਤਾਂ ਹੱਥ 'ਤੇ ਹੱਥ ਧਰ ਕੇ ਬੈਠੇ ਰਹਿੰਦੇ ਨੇ ਅਤੇ ਜਦੋਂ ਲਾਸ਼ਾਂ ਦੇ ਢੇਰ ਲੱਗ ਜਾਂਦੇ ਨੇ ਫਿਰ ਹੱਥ ਪੈਰ ਮਾਰਦੇ ਨੇ, ਪਰ ਉਦੋਂ ਤੱਕ ਲੋਕਾਂ ਦੇ ਜੀ ਤਾਂ ਉਹਨਾਂ ਦੀ ਜ਼ਿੰਦਗੀ ਨੂੰ ਸੁੰਨਾ ਕਰ ਜਾਂਦੇ ਨੇ ਨਾ, ਇਹੀ ਕੁਛ ਹੁਣ ਹੋ ਰਿਹਾ। ਖੈਰ, ਸਰਕਾਰ ਜੇ ਇੰਨਾ ਪ੍ਰਬੰਧ ਪਿੰਡਾਂ ਵਾਲਿਆਂ ਦੇ ਲਈ ਕਰ ਰਹੀ ਹੈ, ਐਲਾਨ ਕਰ ਦਿੱਤੇ ਗਏ ਨੇ 11 ਮਈ ਤੋਂ ਲੈ ਕੇ ਅਜਿਹੇ ਐਲਾਨ ਆ ਰਹੇ ਨੇ ਕਿ ਪਿੰਡਾਂ ਦੇ ਵਿੱਚ ਅਸੀਂ ਇਹ ਕਰ ਰਹੇ ਹਾਂ, ਪਿੰਡਾਂ ਦੇ ਵਿੱਚ ਅਸੀਂ ਉਹ ਕਰ ਰਹੇ ਹਾਂ, ਪਿੰਡਾਂ 'ਚ ਅਸੀਂ ਇਹ ਕਰਾਂਗੇ, ਅੱਗੇ ਇਹ ਕਰਨਾ, ਇਹ ਪਲੈਨਿੰਗ ਹੈ। ਪਿੰਡਾਂ ਵਾਲਿਆਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਪਿੰਡਾਂ ਦੇ ਵਿੱਚ ਇਹ ਕੁਛ ਹੋ ਵੀ ਰਿਹਾ। ਅਸੀਂ ਮਾਨਸਾ, ਮਾਲਵੇ ਦਾ ਮਾਨਸਾ ਜ਼ਿਲ੍ਹਾ ਹੈ, ਉੱਥੋਂ ਦੇ ਇੱਕ ਪਿੰਡ ਦੇ ਆਦਮੀ ਦੇ ਨਾਲ ਗੱਲ ਕੀਤੀ ਹੈ, ਕਿਉਂਕਿ ਹਰ ਕੋਈ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ ਅਤੇ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਇਸ ਇਨਸਾਨ ਦੇ ਨਾਲ ਅਸੀਂ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਸੁਣ ਕੇ ਆਪਾਂ ਨੂੰ ਸਾਰਾ ਸਮਝ ਆ ਜਾਣੀ ਹੈ ਕਿ ਪਿੰਡਾਂ ਦੇ ਵਿੱਚ ਆਖਿਰਕਾਰ ਹੈ ਕੀ, ਕਿਉਂਕਿ ਇਹ ਤਾਂ ਹੈ ਨਹੀਂ ਕਿ ਇੱਕ ਪਿੰਡ ਦੇ ਵਿੱਚ ਸਹੂਲਤ ਨਹੀਂ ਦਿੱਤੀ ਦੂਸਰੇ 'ਤੇ ਦੇ ਦਿੱਤੀ, ਸਾਰੇ ਕਿਤੇ ਹੀ ਹਾਲਾਤ ਹੋਣਗੇ ਜਿਹੜੇ ਇਹ ਸਾਨੂੰ ਦੱਸਣਗੇ। 50 ਕਿ ਤਾਂ ਪੋਜ਼ਿਟਿਵ ਆਇਆ ਪਰ ਰਿਕਵਰੀ ਹੋ ਰਹੀ ਹੈ ਉਹਨਾਂ ਦੀ। ਠੀਕ ਹੈ, ਇਲਾਜ ਕਿੱਦਾਂ ਚੱਲ ਰਿਹਾ ਉਹਨਾਂ ਦਾ, ਹਸਪਤਾਲ 'ਚ ਕਿ ਘਰੇ ਹੀ? ਨਹੀਂ, ਘਰੇ। ਅੱਛਾ ਅੱਛਾ, ਤੇ ਹੁਣ ਤੱਕ ਕਿੰਨੀਆਂ ਡੈਥਸ ਕਿੰਨੀਆਂ ਹੋ ਗਈਆਂ? ਤਿੰਨ ਹੋਈਆਂ ਨੇ ਜੀ, ਤਿੰਨ ਉਹ ਫਰੀਦਕੋਟ ਹੀ ਹੋਈਆਂ ਸੀ, ਮੈਡੀਕਲ ਕਾਲਜ 'ਚ ਆਕਸੀਜਨ, ਬਸ ਕਰੋਨਾ ਹੀ ਕਹਿੰਦੇ ਸੀ ਵੀ ਕਰੋਨਾ ਦੇ ਕਾਰਨ ਹੀ। ਸਾਨੂੰ ਇਹ ਸੁਣਨ 'ਚ ਆਇਆ ਸੀ ਵੀ ਇੱਕ ਦਿਨ 'ਚ 5 ਮੌਤਾਂ ਵੀ ਹੋਈਆਂ ਨੇ। ਇੱਕ ਫੀਮੇਲ, ਠੀਕ ਹੈ। ਤੇ ਹੁਣ ਇੱਥੇ ਪ੍ਰਸ਼ਾਸਨ ਨੇ ਕੀ ਪ੍ਰਬੰਧ ਕੀਤੇ ਨੇ? ਕੰਟੇਨਮੈਂਟ ਜ਼ੋਨ ਐਲਾਨਿਆ ਹੋਇਆ ਪਿੰਡ। ਹਾਂਜੀ ਮੈਡਮ। ਠੀਕ ਹੈ, ਤੇ ਪ੍ਰਬੰਧ ਕੀ ਕੀਤੇ ਨੇ ਹੁਣ, ਮਤਲਬ ਵੀ ਹੋਰ ਨਾ ਫੈਲੇ ਉਹਦੇ ਲਈ ਪ੍ਰਸ਼ਾਸਨ ਨੇ? ਪ੍ਰਸ਼ਾਸਨ ਨੇ ਜਿਹੜੀਆਂ ਮੈਡੀਸਨ ਕਿੱਟਾਂ ਨੇ ਉਹ ਵੀ ਦਿੱਤੀਆਂ ਸਾਰੇ ਘਰਾਂ 'ਚ। ਅੱਛਾ ਜੀ। ਕਿਸੇ ਕਿਸਮ ਦੀ ਕੋਈ ਮੈਡੀਸਨ ਦੀ ਕੋਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੁੰਦੀ ਹੈ? ਹਾਂਜੀ, ਤੇ ਉਹ ਚੱਲ ਰਿਹਾ। ਬਾਕੀ ਜ਼ਿਆਦਾ ਜਿਹੜਾ ਹੈਗਾ ਬਾਹਰ ਨਿਕਲਣ ਦਾ ਜਾਂ ਇਕੱਠਾ ਵੱਟਾਂ ਦਾ ਉਹ ਸਾਰਾ ਪ੍ਰਸ਼ਾਸਨ ਨੇ ਇੰਤਜ਼ਾਮ ਕੀਤਾ। ਠੀਕ ਹੈ, ਮਤਲਬ ਇੱਥੇ ਤੈਨਾਤ ਕੀਤੀ ਹੈ ਪੁਲਿਸ ਵਗੈਰਾ ਜਾਂ ਕੀ ਪ੍ਰਬੰਧ? ਹਾਂਜੀ ਹਾਂਜੀ। ਠੀਕ ਹੈ, ਤੇ ਸਰਬੰਸ ਸਭ ਅਦਰਵਾਈਜ਼ ਮਤਲਬ ਜਿਵੇਂ ਹੁਣ ਪੰਜਾਬ ਪਿੰਡਾਂ ਦੇ ਵਿੱਚ ਪ੍ਰਬੰਧ ਕੀ ਹੁੰਦੇ ਨੇ ਜੇ ਕਿਸੇ ਨੂੰ ਮੈਡੀਕਲ ਮਾਫ ਕਰਨਾ ਐਮਰਜੈਂਸੀ ਦੀ ਸਹੂਲਤ ਦੀ ਲੋੜ ਹੈ ਜਾਂ ਡਾਕਟਰ ਨੂੰ ਫੋਨ ਕਰਨਾ, ਤੇ ਇੱਥੇ ਪਿੰਡਾਂ ਵਾਲਿਆਂ ਦਾ ਕਿਵੇਂ ਸਰਦਾ? ਮਤਲਬ ਜਿਹੜਾ ਤਾਂ ਮਤਲਬ ਜੇ ਕੋਈ ਜ਼ਿਆਦਾ ਸੀਰੀਅਸ ਹੈ ਮੈਂ ਉਹਨਾਂ ਤਾਂ ਫਿਰ ਭੇਜਣੇ ਪੈਂਦਾ। ਠੀਕ ਹੈ, ਵੈਸੇ ਜਿਹੜੇ RMP ਡਾਕਟਰ ਨੇ ਮਤਲਬ ਜਦੋਂ ਤੇ ਇਹ ਪਹਿਲੀ ਉਸ ਤੇ ਪਤਾ ਲੱਗ ਜੇ ਵਿਕਾਰ ਤੇ, ਹਾਂਜੀ, ਉੱਥੋਂ ਰਿਕਵਰ ਸਾਡੇ ਹੋ ਵੀ ਗਏ। ਠੀਕ ਹੈ, ਕਿਉਂਕਿ ਉਹ ਪਰਿਵਾਰ ਕਿਸੇ ਨੂੰ ਮਿਲਦੇ ਨੀਗੇ, ਆਪਦਾ ਘਰੇ ਉਹ ਟ੍ਰੀਟਮੈਂਟ ਲਈ ਜਾਂਦੇ ਆ। ਠੀਕ ਹੈ, ਅਗਰ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਆ, ਕੋਈ ਪ੍ਰੋਬਲਮ ਆਉਂਦੀ ਆ, ਤਾਂ ਸਾਰਿਆਂ ਨੂੰ ਮੇਰਾ ਨੰਬਰ ਵੀ ਦਿੱਤਾ ਹੋਇਆ, ਆਸ਼ਾ ਵਰਕਰਾਂ ਦਾ, ਡਾਕਟਰਾਂ ਦਾ। ਹਾਂਜੀ, ਮਤਲਬ ਸਾਡੇ ਪਿੰਡ ਹੀ ਡਿਸਪੈਂਸਰੀ ਆ। ਠੀਕ ਹੈ, ਤੇ ਵੀ ਜਦੋਂ ਮਰਜ਼ੀ ਕਾਲ ਕਰੋ। ਠੀਕ ਹੈ, ਮਤਲਬ ਪੂਰਾ ਹੁਣ ਹੈਲਪ ਹੋ ਰਹੀ ਹੈ ਲੋਕਾਂ ਦੀ। ਹਾਂਜੀ ਹਾਂਜੀ। ਹੁਣ ਇਸ ਟਾਈਮ ਤੁਹਾਨੂੰ ਕਿਸੇ ਵੀ ਚੀਜ਼ ਦੀ ਪਿੰਡ ਨੂੰ ਜਿੱਦਾਂ ਹੁੰਦਾ ਕਿ ਕਿਸੇ ਵੀ ਹੈਲਪ ਦੀ ਲੋੜ ਪ੍ਰਸ਼ਾਸਨ ਤੋਂ ਕੋਈ ਮੰਗ ਹੈਗੀ ਆ ਤੁਹਾਡੀ ਹਜੇ? ਨਹੀਂ, ਵੈਸੇ ਸਮੇਂ-ਸਮੇਂ ਮਤਲਬ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਮੈਂ ਦੇ ਰਹੇ। ਠੀਕ ਹੈ, ਠੀਕ ਹੈ ਸਪੰਸਰ। ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਠੀਕਰੀ ਪੈਰੇ ਲਾਓ, ਤੇ ਪਿੰਡਾਂ ਦੇ ਵਿੱਚ ਇਦਾਂ ਦਾ ਵੀ ਕੋਈ ਪ੍ਰਬੰਧ ਕੀਤਾ ਤੁਸੀਂ ਆਪਣੇ ਲੈਵਲ ਤੇ? ਵੈਸੇ ਅਸੀਂ ਜਿਹੜੇ ਕਲੱਬ ਵਾਲੇ ਨੂੰ ਤਾਂ ਪੰਪਲੇਟ ਵਗੈਰਾ, ਬੈਨਰ ਵਗੈਰਾ ਅਸੀਂ ਹਾਂਜੀ ਪੂਰਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਨਾਉਂਸਮੈਂਟਾਂ ਵੀ ਕਰਵਾਈਆਂ ਨੇ। ਠੀਕ ਹੈ, ਵੈਸੇ ਤਾਂ ਸਹਿਯੋਗ ਬਹੁਤ ਕਰ ਰਹੇ ਆ ਆਪਣੇ ਆਪ ਹੀ, ਕਿਉਂਕਿ ਸਾਡੇ 3 ਡੈਥਾਂ ਆਉਣ ਕਾਰਨ, 50 ਕੁ ਬੰਦੇ ਪੋਜ਼ਿਟਿਵ ਆਉਣ ਕਾਰਨ ਥੋੜਾ ਜਿਹਾ ਹਰ ਬੰਦਾ ਆਪਣੇ ਆਪ ਹੀ ਮੰਨ ਲਓ ਬਚਤ ਕਰ ਰਹੇ ਆ। ਸੋ ਪੰਜਾਬ ਸਰਕਾਰ ਨੇ ਜਦੋਂ ਐਲਾਨ ਕੀਤੇ ਨੇ ਕਿ ਪਿੰਡਾਂ ਦੇ ਵਿੱਚ ਅਸੀਂ ਪ੍ਰਬੰਧ ਕਰ ਰਹੇ ਹਾਂ, ਤਾਂ ਪੰਜਾਬ ਦੇ ਇੱਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਸਿਹਤ ਸਟਾਫ ਹੈ ਜਿਹੜਾ ਉਹ ਪਿੰਡਾਂ ਦੇ ਵਿੱਚੋਂ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਇਕੱਠੇ ਕਰੇਗਾ। ਉਹਨਾਂ ਕਿਹਾ ਕਿ ਪੇਂਡੂ ਆਬਾਦੀ ਦੇ ਸਰਵੇਖਣਾਂ ਦੇ ਲਈ ਸਾਰੇ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਅਸੀਂ ਲੈ ਰਹੇ ਹਾਂ, ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਸੈਂਪਲ ਇਕੱਠੇ ਕੀਤੇ ਜਾਣ।
ਕਹਿੰਦੇ ਪਿੰਡਾਂ ਦੇ ਵਿੱਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਵਧਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਲੋਕ ਖੁਦ ਹਕੀਮ ਬਣ ਕੇ ਇਧਰੋਂ ਉਧਰੋਂ ਓਹੜ ਪੋਹੜ ਕਰਦੇ ਨੇ ਤੇ ਟੈਸਟਿੰਗ ਕਰਵਾਉਣ ਦੇ ਵਿੱਚ ਦੇਰੀ ਕਰਦੇ ਨੇ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਲੋਕ ਬੁਖਾਰ ਚੜ੍ਹਨ ਜਾਂ ਹੋਈ ਕੋਈ ਵੀ ਹੋਰ ਮੁਸ਼ਕਲ ਆਉਣ 'ਤੇ ਆਪਣੇ ਆਪ ਹੀ ਆਪਣਾ ਇਲਾਜ ਕਰਨ ਲੱਗਦੇ ਨੇ ਜਾਂ ਫਿਰ ਕੈਮਿਸਟ ਤੋਂ ਦਵਾਈ ਲੈ ਕੇ ਬੁੱਤਾ ਸਾਰ ਲੈਂਦੇ ਨੇ ਜਾਂ ਫਿਰ ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਹੁੰਦੇ ਨੇ ਉਹਨਾਂ ਤੋਂ ਦਵਾਈ ਲੈ ਲੈਂਦੇ ਨੇ ਪਰ ਟੈਸਟ ਨਹੀਂ ਕਰਵਾਉਂਦੇ। ਕਹਿੰਦੇ ਜਦੋਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਜਾਂ ਫਿਰ ਬਿਮਾਰੀ ਸ਼ੁਰੂਆਤੀ ਪੜਾਅ ਦੇ ਵਿੱਚ ਹੁੰਦੀ ਹੈ ਤਾਂ ਉਹਨਾਂ ਨੂੰ ਹਸਪਤਾਲ ਚਲੇ ਜਾਣਾ ਚਾਹੀਦਾ ਹੈ। ਸੋ ਇਹ ਸਿਹਤ ਅਧਿਕਾਰੀ ਕਹਿੰਦੇ ਨੇ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਕਿ ਪਿੰਡਾਂ ਵਾਲੇ ਲੋਕ ਕੀ ਕਰ ਰਹੇ ਨੇ। ਹੁਣੇ ਆਪਾਂ ਜਿਹੜੇ ਇੱਕ ਪਿੰਡ ਦੇ ਇਸ ਬੰਦੇ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਵੀ ਇਹੋ ਜਿਹੀਆਂ ਹੀ ਉਹ ਹਾਲਾਂਕਿ ਪਿੰਡ ਦੇ ਹੀ ਰਹਿਣ ਵਾਲੇ ਨੇ ਅਤੇ ਖਾਸ ਕਰਕੇ ਲੋਕਾਂ ਦਾ ਜ਼ਿਆਦਾ ਕਸੂਰ ਕੱਢ ਰਹੇ ਸੀ ਕਿ ਲੋਕ ਵੀ ਮੰਨਦੇ ਨਹੀਂ ਸੁਣਦੇ ਨਹੀਂ ਗਿਣਦੇ ਨਹੀਂ। ਸਾਡੇ ਪਿੰਡ ਦੇ ਵਿੱਚ 3 ਵਾਰੀ ਸਰਕਾਰੀ ਡਾਕਟਰ ਟੀਕਾਕਰਨ ਕਰਕੇ ਗਏ ਆ। ਅੱਛਾ, ਮੇਰੇ ਆਪਣੇ ਵੀ ਟੀਕਾ ਲੱਗਿਆ, ਪਹਿਲਾਂ ਸਭ ਤੋਂ ਮੈਂ ਲਵਾਇਆ ਸੀ ਤੇ 200 ਬੰਦੇ ਨੇ ਟੀਕਾ ਲਵਾ ਲਿਆ। 200 ਬੰਦੇ ਨੇ ਲਵਾ ਲਿਆ, ਠੀਕ ਹੈ। ਕਿੰਨੀ ਆਬਾਦੀ ਕਿੰਨੀ ਹੈਗੀ ਆ ਪਿੰਡ 'ਚ? ਸਾਡੇ ਕੋਈ 1600 ਦੀ ਆਬਾਦੀ ਹੈ। ਸਿਰਫ 200 ਬੰਦਿਆਂ ਨੇ ਲਵਾਇਆ ਜਾਂ ਆਇਆ ਹੀ ਇੰਨਾ ਕੁ? ਨਹੀਂ, ਲਵਾਇਆ ਹੀ ਲੋਕਾਂ ਨੇ ਇੰਨਾ ਕੁ ਹੈ। ਕੁਛ ਲੋਕਾਂ ਨੇ ਪਤਾ ਨਹੀਂ ਕਿਹਨੇ ਅਫਵਾਹਾਂ ਜਾਂ ਡਰ ਰੱਖੀਆਂ ਵੀ ਟੀਕਾ ਨਾ ਬੰਦੇ ਦੀ ਮੌਤ ਹੋ ਜਾਂਦੀ, ਐਂ ਹੋ ਜਾਂਦਾ, ਇਸ ਕਰਕੇ ਮਤਲਬ ਕਿ ਲੋਕਾਂ ਦਾ ਇੰਟਰਸਟ ਹੀ ਘੱਟ ਹੈ ਟੀਕਾ ਲਵਾਉਣ ਦੇ। ਘੱਟ ਹੀ ਲੋਕ ਲਵਾ ਕੇ ਰਾਜੀ ਹੈ, ਮਤਲਬ ਕਿ ਉਹ ਪ੍ਰੇਰ ਕੇ ਲਵਾ ਰਹੇ ਹੈ ਮੁਲਾਜ਼ਮ। ਪਿੰਡਾਂ ਦੇ ਵਿੱਚ ਪ੍ਰਬੰਧ ਕੀ ਨੇ? ਕਿਉਂਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਪਿੰਡਾਂ ਦੇ ਵਿੱਚ ਪ੍ਰਬੰਧ ਪੂਰੇ ਕੀਤੇ ਜਾਣ। ਕੱਲ੍ਹ ਕੇਂਦਰ ਸਰਕਾਰ ਨੇ ਵੀ ਕਹਿਤਾ ਕਿ ਪਿੰਡਾਂ ਦੇ ਵਿੱਚ ਕੋਵਿਡ ਕੇਅਰ ਸੈਂਟਰ ਬਣਾਏ ਜਾਣ, ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਕੋਵਿਡ ਕੇਅਰ ਸੈਂਟਰ ਸਥਾਪਿਤ ਕਰੋ ਤੇ ਪੀੜਤ ਲੋਕ ਨੇ ਜਿਹੜੇ ਉਹਨਾਂ ਨੂੰ ਘਰਾਂ 'ਚ ਇਕਾਂਤਵਾਸ ਰੱਖੋ। ਇੱਕ ਕਿਹਾ ਹੈਗਾ ਵੀ ਟੈਸਟ ਕਿੱਟਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣ, ਰੈਪਿਡ ਐਂਟੀਜਨ ਟੈਸਟ ਕਿੱਟਾਂ। ਕਿ ਤੁਹਾਡੇ ਪਿੰਡ ਦੇ ਵਿੱਚ ਕੀ ਪ੍ਰਬੰਧ ਹੈ ਸਿਹਤ ਵਿਭਾਗ ਵੱਲੋਂ? ਸਾਡੇ ਪਿੰਡ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਇਹਨਾਂ ਵਿੱਚੋਂ ਕੋਈ ਪ੍ਰਬੰਧ ਨਹੀਂ ਹਾਲ ਤੱਕ। ਅੱਛਾ, ਇੱਕ ਪ੍ਰਬੰਧ ਜ਼ਰੂਰ ਹੈ ਕਿ 108 ਤੇ ਫੋਨ ਕਰ ਤੋਂ ਮਤਲਬ ਕਿ ਐਂਬੂਲੈਂਸ ਜ਼ਰੂਰ ਆ ਜਾਂਦੀ ਹੈ, ਉਹ ਲੈ ਜਾਂਦੀ ਹੈ ਜੇ ਕੋਈ ਮਰੀਜ਼ ਫੋਨ ਕਰਦਾ 108 ਨੰਬਰ ਤੇ। ਠੀਕ ਹੈ, ਤਾਂ ਉਹ ਮਰੀਜ਼ ਨੂੰ ਲੈ ਜਾਂਦੇ ਆ। ਔਰ ਸਾਡੇ ਪਿੰਡ ਦੇ 4-5 ਮਰੀਜ਼ ਜਿਹੜੇ ਸਰਕਾਰੀ ਹਸਪਤਾਲ ਮਾਨਸਾ ਦੇ ਵਿੱਚੋਂ ਠੀਕ ਹੋ ਕੇ ਘਰੇ ਪਹੁੰਚ ਚੁੱਕੇ ਨੇ, ਤੇ ਹੋਰ ਕੋਈ ਕਿੱਟਾਂ ਵਗੈਰਾ ਜਾਂ ਕੋਈ ਟੈਸਟਿੰਗ ਤਾਂ ਕੁਛ ਨੀ ਹੋਰ ਸਾਡੇ, ਨਾ ਕੋਈ ਆਕਸੀਜਨ ਸਿਲੰਡਰ ਹੈ, ਕੁਛ ਨੀ ਹੋਰ ਪ੍ਰਬੰਧ, ਕੁਛ ਨੀ। ਅੱਛਾ, ਤੇ ਆਸ਼ਾ ਵਰਕਰਾਂ ਨੇ ਜਿਹੜੀਆਂ ਉਹ ਕੀ ਇੱਥੇ ਦੇ ਰਹੀਆਂ ਨੇ ਪ੍ਰਬੰਧ? ਕਿਉਂਕਿ ਤੁਸੀਂ ਕਿਹਾ ਵੀ ਹੋਰ ਕੋਈ ਪ੍ਰਬੰਧ ਨਹੀਂ, ਇਹ ਤੁਸੀਂ ਦੱਸ ਹੀ ਚੁੱਕੇ ਹੋ। ਜਿਹੜੇ ਤੁਹਾਡੇ ਪਿੰਡ ਦੇ ਵਿੱਚ 4-5 ਮਰੀਜ਼ ਠੀਕ ਹੋ ਕੇ ਆਏ ਨੇ, ਉਹਨਾਂ ਨੂੰ ਫਿਰ ਕਿੱਥੇ ਉਹਨਾਂ ਦਾ ਇਲਾਜ ਹੋਇਆ? ਉਹਨਾਂ ਦਾ ਸਰਕਾਰੀ ਹਸਪਤਾਲ ਮਾਨਸਾ ਚ ਇਲਾਜ ਹੋਇਆ ਜੀ। ਆਸ਼ਾ ਵਰਕਰ ਤਾਂ ਪ੍ਰੇਰ ਰਹੀ ਹੈ ਲੋਕਾਂ ਨੂੰ ਵੀ ਤੁਸੀਂ ਟੀਕਾ ਲਵਾਓ ਤੇ ਆਪਦਾ ਦੂਰੀ ਰੱਖੋ ਸਮਾਜਿਕ, ਉਹ ਪ੍ਰੇਰ ਰਹੀ ਆ। ਉਹਦੇ ਕੋਈ ਆਖੇ ਲੱਗਦਾ ਹੀ ਨਹੀਂ ਹੈਗਾ ਲੋਕ ਪਿੰਡਾਂ ਦੇ। ਅੱਛਾ, ਨਹੀਂ ਤੇ ਘਰ ਘਰ ਜਿਹੜੀ ਸੈਂਪਲਿੰਗ ਦੀ ਗੱਲ ਕਰ ਰਹੀ ਹੈ ਪੰਜਾਬ ਸਰਕਾਰ, ਕਿ ਘਰ ਘਰ ਸੈਂਪਲਿੰਗ ਘਰ ਘਰ ਟੈਸਟਿੰਗ ਹੈ ਜਿਹੜੀ, ਉਹ ਅਸੀਂ ਪ੍ਰਬੰਧ ਕਰ ਰਹੇ ਹਾਂ। ਆਸ਼ਾ ਵਰਕਰਾਂ ਨੇ ਘਰ ਘਰ ਜਾ ਕੇ ਜਾਗਰੂਕ ਕਰ ਰਹੀਆਂ, ਇਸ ਤਰੀਕੇ ਦੀ ਕੋਈ ਐਕਟੀਵਿਟੀ ਦੇਖ ਰਹੇ ਹੋ ਤੁਸੀਂ ਆਪਦੇ ਪਿੰਡ 'ਚ? ਜਾਗਰੂਕ ਤਾਂ ਕਰ ਰਹੀਆਂ ਨੇ ਉਹ ਵੀ ਕਰਾਓ, ਪਰ ਸਰਕਾਰੀ ਕੋਈ ਉਹ ਸੈਂਪਲਿੰਗ ਕੋਈ ਨਹੀਂ ਹੋ ਰਹੀ। ਠੀਕ ਹੈ, ਤੇ ਜਿਹੜੀ ਕੋਵਿਡ ਫਤਿਹ ਕਿੱਟ ਹੈ ਉਹ ਵੀ ਕਿਹਾ ਵੀ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਆਈ ਹਾਲੇ ਤੱਕ। ਅੱਛਾ, ਤੇ ਆਕਸੀਮੀਟਰ ਥਰਮਾਮੀਟਰ ਇਹਨਾਂ ਦਾ ਕੋਈ ਪ੍ਰਬੰਧ ਹੈ ਤੁਹਾਡੇ ਪਿੰਡ 'ਚ? ਆਕਸੀਮੀਟਰ ਹੈ ਇੱਕ ਵੀ? ਬਿਲਕੁਲ ਨਹੀਂ, ਬਿਲਕੁਲ ਨਹੀਂ, ਕਿਸੇ ਵੀ ਪਿੰਡ 'ਚ ਨਹੀਂ, ਮੇਰੇ ਆਂਢ ਗੁਆਂਢ ਦੇ ਵਿੱਚ ਵੀ ਹਾਲੇ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਬੰਧ ਨਹੀਂ। ਠੀਕ ਹੈ, ਤੇ ਵੈਸੇ ਤੁਹਾਡੇ ਜਿਵੇਂ ਤੁਸੀਂ ਕਿਹਾ 4-5 ਮਰੀਜ਼ ਠੀਕ ਹੋ ਕੇ ਆ ਗਏ, ਕਿੰਨੇ ਮਰੀਜ਼ ਨੇ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਦੇ ਵਿੱਚ ਜਿਹੜੇ ਮਰੀਜ਼ ਸੀਗੇ 4-5 ਉਹ ਸਾਰੇ ਠੀਕ ਹੋ ਕੇ ਆ ਗਏ। ਹੁਣ ਕੋਈ ਪਤਾ ਨਹੀਂ ਵੀ ਕਿਸੇ ਨੇ ਟੈਸਟਿੰਗ ਕਰਾਈ ਹੈ ਕਿ ਨਹੀਂ ਕਰਾਈ ਹੈ। ਬੁਖਾਰ ਬਖੂਰ 5-10 ਬੰਦਿਆਂ ਨੂੰ ਹੋਰ ਨੂੰ ਵੀ ਹੋ ਰਿਹਾ, ਉਹ ਇੱਥੇ ਦਵਾਈ ਬੂਟੀ ਲੈ ਰਹੇ ਨੇ। ਉਹ ਗਰੀਬ ਦਿਹਾੜੀਦਾਰ ਬੰਦੇ ਹੈ, ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਜਾਣ ਆਉਣ ਦਾ। ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ, ਬਿਨਾਂ ਰਿਕਾਰਡ ਤੋਂ ਮੌਤਾਂ ਹੋ ਰਹੀਆਂ, ਕਿਸੇ 'ਚ ਇੱਕ, ਕਿਸੇ 'ਚ ਦੋ, ਕਿਸੇ 'ਚ 4 ਡੇਲੀ ਮੌਤਾਂ ਹੋ ਰਹੀਆਂ ਨੇ। ਮਤਲਬ ਕਿ ਕਹਿ ਨਹੀਂ ਸਕਦੇ ਬਿਨਾਂ ਰਿਕਾਰਡ ਤੋਂ ਕੀ ਮਤਲਬ ਹੈ ਤੁਹਾਡਾ? ਬਿਨਾਂ ਰਿਕਾਰਡ ਤੋਂ ਮਤਲਬ ਕਿ ਉਹ ਸਰਕਾਰੀ ਹਸਪਤਾਲ 'ਚ ਗਏ ਨਹੀਂ ਕਿਤੇ, ਨਾ ਉਹਨਾਂ ਨੇ ਟੈਸਟਿੰਗ ਕਰਾਈ ਹੈ। ਪਰ ਫਿਰ ਇਹ ਕਿਵੇਂ ਕਹਿ ਸਕਦੇ ਹੋ ਕਿ ਕੋਵਿਡ ਨਾਲ ਹੋਈਆਂ ਨੇ? ਨਹੀਂ, ਕੋਈ ਪਤਾ ਨਹੀਂ ਹੈਗਾ ਵੀ, ਮਤਲਬ ਲੋਕ ਅੰਦਾਜ਼ਾ ਹੀ ਲਾਉਂਦੇ ਆ ਵੀ ਸ਼ਾਇਦ ਉਹ ਬਿਮਾਰੀ ਨਹੀਂ ਮਰ ਰਹੇ ਹੈ, ਲੱਛਣ ਮਤਲਬ ਲੱਛਣ ਉਹ ਪਾਏ ਜਾ ਰਹੇ ਨੇ। ਹਾਂ ਹਾਂ, ਉਹੀ ਜਿਹੇ ਲੱਛਣ ਮਿਲਦੇ ਜੁਲਦੇ ਜਿਹੜੇ ਹੈਗੇ ਉਹਨਾਂ 'ਚ ਹੈਗੇ ਸੀ, ਇਕਦਮ ਮੌਤ ਹੋ ਜਾਂਦੀ ਹੈ, ਸਾਹ ਘੁੱਟਣ ਨਾਲ ਜਾਂ ਹਾਰਟ ਦੇ ਅਟੈਕ ਨਾਲ। ਹਾਂ ਜੀ, ਠੀਕ ਹੈ। ਤੇ ਤੁਸੀਂ ਕੀ ਸਮਝਦੇ ਹੋ ਵੀ ਪਿੰਡਾਂ 'ਚ ਤੁਹਾਨੂੰ ਕੀ ਲੋੜ ਹੈ? ਕਿਉਂਕਿ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਵੀ ਪਿੰਡਾਂ ਨੂੰ ਜਿਵੇਂ ਭਗਵੰਤ ਮਾਨ ਕਹਿ ਰਹੇ ਨੇ ਕਿ ਪਿੰਡਾਂ ਨੂੰ ਛੱਡ ਦਿੱਤਾ ਰੱਬ ਭਰੋਸੇ ਕੈਪਟਨ ਨੇ, ਤੁਹਾਨੂੰ ਇਹ ਮਹਿਸੂਸ ਹੁੰਦਾ? ਬਿਲਕੁਲ ਬਿਲਕੁਲ ਸਹੀ ਗੱਲ ਹੈ। ਸਰਕਾਰ ਵੱਲੋਂ ਅਜੇ ਉੱਥੇ ਕੋਈ ਸਹੂਲਤ ਨਹੀਂ ਪਹੁੰਚੀ,
ਪਿੰਡਾਂ ਦੇ ਵਿੱਚ ਜ਼ਿਆਦਾ ਲੋਕ ਅਨਪੜ੍ਹ ਹੈ। ਸਰਕਾਰ ਦਾ ਮੈਂ ਸਮਝਦਾ ਵੀ ਕੋਈ ਬਹੁਤਾ ਕਸੂਰ ਵੀ ਨਹੀਂ, ਸਰਕਾਰ ਤਾਂ ਕਹਿੰਦੀ ਹੈ ਪਰ ਲੋਕ ਉਸ ਗੱਲ 'ਤੇ ਅਮਲ ਨਹੀਂ ਕਰ ਰਹੇ ਕਿ ਤੁਸੀਂ ਸੁਰੱਖਿਅਤ ਰਹੋ, ਘਰਾਂ 'ਚ ਰਹੋ। ਉਹ ਲੋਕ ਝੁੰਡਾਂ 'ਚ ਝੁੰਡ ਬਣਾ ਕੇ ਬਹਿ ਜਾਂਦੇ ਨੇ, ਉਹ ਮਤਲਬ ਕਿ ਸਮਾਜਿਕ ਦੂਰੀ ਨਹੀਂ ਰੱਖ ਰਹੇ, ਉਹਦੇ ਕਾਰਨ ਇਹ ਬਿਮਾਰੀ ਦਾ ਫੈਲਣ ਦਾ ਡਰ ਹੈ। ਅੱਛਾ, ਮਾਸਕ ਵਗੈਰਾ ਪਾਉਂਦੇ ਨੇ? ਮਾਸਕ ਵੀ ਨਹੀਂ ਪਾਉਂਦੇ ਪਿੰਡਾਂ, ਜਦੋਂ ਕਿਤੇ ਨਾਕੇ 'ਤੇ ਲੰਘਦੇ ਉਦੋਂ ਲਾ ਲੈਂਦੇ ਆ ਮਾਸਕ, ਨਹੀਂ ਤਾਂ ਫਿਰ ਲਾ ਦਿੰਦੇ। ਤੇ ਇੱਕ ਕੈਪਟਨ ਸਾਹਿਬ ਨੇ ਹੋਰ ਕਿਹਾ ਠੀਕਰੀ ਪਹਿਰੇ ਲਾਉਣ ਦਾ, ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਪ੍ਰਬੰਧ ਕੀਤਾ ਹੈ ਪਿੰਡ ਵਾਸੀਆਂ ਨੇ? ਪਿਛਲੀ ਵਾਰੀ ਤਾਂ ਲੱਗੇ ਸੀ ਸਾਰੇ ਪੰਜਾਬ 'ਚ। ਹਾਂ, ਠੀਕਰੀ ਪਹਿਲਾਂ ਜ਼ਰੂਰ, ਦੋ ਕੁ ਦਿਨ ਹੋਏ ਆ ਵੀ ਸ਼ੁਰੂ ਹੋ ਗਿਆ ਰਾਤ ਨੂੰ। ਅੱਛਾ, ਠੀਕ ਹੈ। ਉਹਦੇ ਵਿੱਚ ਬਿਲਕੁਲ ਨਹੀਂ ਆਉਣ ਦੇ ਰਹੇ ਮਤਲਬ ਬਾਹਰਲੇ ਪਿੰਡਾਂ ਵਾਲਿਆਂ ਨੂੰ ਜਾਂ ਬਾਹਰਲੇ ਕਿਸੇ ਵੀ ਆਦਮੀ ਨੂੰ? ਪਿੰਡ ਦਾ ਵਾਸੀ ਹੈ ਜਾਂ ਕੋਈ ਦੂਸਰੇ ਪਿੰਡ ਦਾ ਲੰਘਦਾ ਉਹ ਲੰਘ ਜਾਂਦਾ, ਬਸ ਪਿੰਡ ਦੇ ਵਿੱਚ ਉਹ ਐਂ ਵੀ ਲਾਊਡ ਸਪੀਕਰਾਂ ਦੇ ਵਿੱਚ ਅਨਾਊਂਸਮੈਂਟ ਹੋਈ ਹੈ ਵੀ ਕਿਸੇ ਨੇ ਰਿਸ਼ਤੇਦਾਰ ਨੇ ਨਹੀਂ ਆਉਣਾ, ਨਹੀਂ ਕਿਸੇ ਨੂੰ ਉੱਪਰੇ ਬੰਦੇ ਨੂੰ ਵੜਨ ਦੇਣਾ। ਅੱਛਾ, ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਤਾਂ ਕੁਛ ਅਮਲ ਕਰਦੇ ਹੈ, ਜਿਹੜੀ ਅਨਪੜ੍ਹ ਜਨਤਾ ਹੈ ਉਹ ਕੋਈ ਪਰਵਾਹ ਹੀ ਨਹੀਂ ਕਰਦੇ। ਅੱਛਾ ਜੀ, ਜੀ ਬਿਲਕੁਲ। ਸੋ ਇਹ ਕੈਪਟਨ ਸਾਹਿਬ ਨੇ ਪੁਲਿਸ ਨੂੰ ਵੀ ਕਿਹਾ, ਪੰਜਾਬ ਪੁਲਿਸ ਨੂੰ ਵੀ ਪੂਰੀ ਸਖਤੀ ਦੇ ਨਾਲ ਕੱਲ ਕਿਹਾ ਵੀ ਜਿਹੜੇ ਵੀ ਨਿਯਮ ਲਾਗੂ ਕੀਤੇ ਗਏ ਨੇ ਜਾਂ ਮੰਨ ਲਓ ਸਾਵਧਾਨੀਆਂ ਨੇ ਮਾਸਕ ਪਾਉਣ ਦੀਆਂ, ਸੋਸ਼ਲ ਡਿਸਟੈਂਸਿੰਗ ਦੀਆਂ, ਇਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੁਲਿਸ ਹੈ ਜਿਹੜੀ ਉਹ ਕੰਮ ਕਰੇ, ਪਿੰਡਾਂ ਦੇ ਵਿੱਚ ਪੁਲਿਸ ਕੀ ਕਰ ਪਾ ਰਹੀ ਹੈ? ਪਿੰਡਾਂ ਦੇ ਵਿੱਚ ਪੁਲਿਸ ਗੇੜਾ ਮਾਰਦੀ ਹੈ ਜਿੰਨਾ ਕੁ ਪੁਲਿਸ ਦੀ ਨਫਰੀ ਹੈ। ਹੁਣ ਇੰਨੀ ਤਾਂ ਪੁਲਿਸ ਹੈ ਨਹੀਂ ਕਿ ਹਰੇਕ ਪਿੰਡ ਦੇ ਵਿੱਚ ਹੀ ਬੈਠੀ ਰਹੇ। ਅੱਛਾ, ਲੋਕ ਕੀ ਕਰਦੇ ਆ ਕਿ ਲੋਕ ਸਰਕਾਰ ਦੇ ਹੁਕਮਾਂ ਨੂੰ ਮੰਨ ਨਹੀਂ ਰਹੇ, ਜਦੋਂ ਕੋਈ ਪੁਲਿਸ ਵਾਲਾ ਟੱਕਰਦਾ ਹੈ ਜਾਂ ਨਾਕੇ ਤੋਂ ਲੰਘਦੇ ਆ ਉਦੋਂ ਮਾਸਕ ਲਾ ਲੈਂਦੇ ਆ, ਉਸ ਤੋਂ ਬਾਅਦ ਫੇਰ ਲਾ ਲੈਂਦੇ ਆ। ਮਤਲਬ ਕਿ ਉਹ ਅਣਗਹਿਲੀ ਵਰਤ ਰਹੇ ਲੋਕ, ਪਬਲਿਕ ਅਨਪੜ੍ਹ ਜਿਹੜੀ ਲੋਕ ਨੇ ਨਾ ਉਹ ਆਪਦੀ ਸੁਰੱਖਿਆ ਆਪ ਕਰ ਨਹੀਂ ਰਹੇ। ਜਦੋਂ ਪੁਲਿਸ ਵਾਲਾ ਵੇਖਦੇ ਆ, ਪੁਲਿਸ ਵਾਲਾ ਕਿਹੜਾ ਹਰ ਟਾਈਮ ਹਰ ਬੰਦੇ ਉੱਤੇ ਖੜ ਸਕਦਾ? ਪੁਲਿਸ ਵਾਲੇ ਤਾਂ ਆਪਦੀ ਡਿਊਟੀ ਸਹੀ ਕਰ ਰਹੇ ਆ, ਪਰ ਲੋਕ ਮੰਨ ਨਹੀਂ ਰਹੇ ਗੱਲ ਸਰਕਾਰ ਦੀ। ਜੀ, ਯਾਨੀ ਕਿ ਪੁਲਿਸ ਦੀ ਨਫਰੀ ਤੁਸੀਂ ਕਹਿ ਰਹੇ ਹੋ ਰਹੀ ਹੈ, ਡੇਲੀ ਪੁਲਿਸ ਗੇੜਾ ਮਾਰਦੀ ਹੈ ਜਾਂ? ਬਿਲਕੁਲ ਬਿਲਕੁਲ ਬਿਲਕੁਲ, ਦੋ ਦੋ ਗੇੜੇ ਵੀ ਮਾਰਦੀ ਹੈ ਪੁਲਿਸ। ਜਦੋਂ ਪੁਲਿਸ ਆਉਂਦੀ ਹੈ ਲੋਕੀ ਝੁੰਡ ਜਿਹੜੇ ਹੈਗੇ ਉਹ ਭੱਜ ਜਾਂਦੇ ਘਰਾਂ ਨੂੰ, ਖਾਲੀ ਕਰ ਦਿੰਦੇ ਆ ਸੱਥਾਂ ਨੂੰ, ਸੜਕਾਂ ਨੂੰ। ਜਦੋਂ ਪੁਲਿਸ ਵਾਲੇ ਵਾਪਸ ਲੱਗ ਜਾਂਦੇ ਆ ਲੋਕੀ ਉਵੇਂ ਜਿਵੇਂ ਫੇਰ ਆ ਕੇ ਬਹਿ ਜਾਂਦੇ ਆ। ਅੱਛਾ, ਪੁਲਿਸ ਕੀ ਕਰੂਗੀ? ਹਰ ਟਾਈਮ ਤਾਂ ਪੁਲਿਸ ਨਹੀਂ ਕਰ ਰਹੀ, ਤੇ ਇਹ ਫਿਰ ਤੁਸੀਂ ਜਿਹੜੇ ਵਧੀਆ ਕਰ ਰਹੀ ਹੈ ਪਿੰਡਾਂ ਦੇ ਵਿੱਚ ਤੁਸੀਂ ਰਹਿੰਦੇ ਹੋ, ਲੋਕ ਜਿਹੜੇ ਆਪਸ ਦੇ ਵਿੱਚ ਰਹਿੰਦੇ ਹੋ, ਇਹ ਤੁਸੀਂ ਰਲ ਮਿਲ ਕੇ ਨਹੀਂ ਪਿੰਡਾਂ ਵਾਲੇ ਲੋਕ ਕਰ ਸਕਦੇ ਨਿਯਮ ਬਣਾ ਸਕਦੇ ਵੀ ਆਪਾਂ ਇਹ ਨਹੀਂ ਹੋਣ ਦੇਣਾ ਆਪਣੇ ਪਿੰਡ ਨੂੰ ਬਚਾਉਣਾ? ਉਹ ਤਾਂ ਫੇਰ ਹੋ ਸਕਦਾ ਨਾ ਜੇ ਸਾਰੇ ਲੋਕ ਹੀ ਜਾਗਰੂਕ ਹੋਣ, ਸਾਰੇ ਇਸ ਪਾਸੇ ਧਿਆਨ ਦੇਣ। ਜਿਹੜੇ ਮੂਰਖ ਲੋਕ ਅਨਪੜ੍ਹ ਨੇ ਉਹ ਮੰਨ ਹੀ ਨਹੀਂ ਰਹੇ ਕਿਸੇ ਦੀ ਗੱਲ ਨੂੰ, ਉਹਨਾਂ ਦਾ ਕੀ ਇਲਾਜ ਹੈ? ਯਾਨੀ ਕਿ ਤੁਸੀਂ ਤਾਂ ਪੂਰਾ ਪੂਰਾ ਲੋਕਾਂ ਦੇ ਸਿਰ ਇਹ ਸਾਰਾ ਭਾਂਡਾ ਭੰਨਦੇ ਹੋ ਵੀ ਲੋਕਾਂ ਕਰਕੇ ਹੋ ਰਿਹਾ। ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ, ਲੋਕ ਸਮਝ ਨਹੀਂ ਰਹੇ ਗੱਲ ਨੂੰ ਸਰਕਾਰ ਦੀ ਨੂੰ, ਤੇ ਸਰਕਾਰ ਕੀ ਕਰੇ? ਸਰਕਾਰ ਤਾਂ ਮਤਲਬ ਕਿ ਦੱਸ ਸਕਦੀ ਹੈ ਵੀ ਤੁਸੀਂ ਏਦਾਂ ਕਰੋ, ਜੇ ਲੋਕ ਮੰਨਣ ਤਾਂ ਫੇਰ ਹੀ ਹੈ ਨਾ ਬਿਮਾਰੀ ਰੁਕੂਗੀ। ਲੋਕ ਮੰਨ ਨਹੀਂ ਰਹੇ ਸਾਡੇ ਹਿਸਾਬ ਦੇ ਨਾਲ ਦਾ ਵੀ, ਲੋਕ 90% ਲੋਕ ਆ ਜਿਹੜੇ ਉਹ ਗੱਲ ਵੱਲ ਧਿਆਨ ਨਹੀਂ ਦੇ ਰਹੇ, ਵਿਸੜੇ ਆ ਤੇ ਬੇਪਰਵਾਹ ਨੇ। ਹੁਣ ਗੱਲ ਆਉਂਦੀ ਹੈ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ। ਬਲਵੀਰ ਸਿੰਘ ਸਿੱਧੂ ਜੀ ਨਾਲ ਵੀ ਅਸੀਂ ਗੱਲਬਾਤ ਕੀਤੀ ਕਿ ਪਿੰਡਾਂ ਦੇ ਵਿੱਚ ਆਖਿਰਕਾਰ ਕੈਪਟਨ ਸਾਹਿਬ ਦੇ ਹੁਕਮ ਤੋਂ ਬਾਅਦ ਕੀ ਕੁਛ ਪ੍ਰਬੰਧ ਕਰ ਦਿੱਤੇ ਗਏ ਨੇ, ਕਿੰਨੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ, ਕੀ ਕੁਛ ਤਿਆਰੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ, ਜਾਂ ਫਿਰ ਅਮਲੀ ਜਾਮਾ ਤੁਸੀਂ ਪਹਿਨਾ ਦਿੱਤਾ ਹੈ ਪੰਜਾਬ ਸਰਕਾਰ ਦੇ ਹੁਕਮਾਂ ਨੂੰ? ਜਿਹੜਾ ਉਹਨਾਂ ਨੇ ਕਿਹਾ ਕਿ ਹੁਣ ਪਿੰਡਾਂ ਦੇ ਵਿੱਚ ਖਾਸ ਪ੍ਰਬੰਧ ਨੇ ਜਿਹੜੇ, ਕੋਵਿਡ ਫਤਿਹ ਪ੍ਰੋਗਰਾਮ ਚਲਾਏ ਜਾਣਗੇ, ਘਰ ਘਰ ਪਹੁੰਚ ਕੀਤੀ ਜਾਊਗੀ, ਉਹਦੇ ਮਤਲਬ ਹੁਕਮ ਸਰਵੇ ਕਰਾਂਗੇ, ਸਰਵੇ ਨਾਲ ਹੀ ਕਿੱਟਾਂ ਲੈ ਕੇ ਜਾਵਾਂਗੇ। ਠੀਕ ਹੈ ਨਾ? ਠੀਕ ਹੈ, ਉਥੇ ਟੈਸਟ ਜਿਹੜੀ ਰੈਪਿਡ ਟੈਸਟ ਕਰਕੇ ਜ਼ੁਕਾਮ ਬੁਖਾਰ ਵਾਲਾ ਹੋਊਗਾ, ਠੀਕ ਹੈ, ਉਹਨੂੰ ਬਕਾਇਦਾ ਅਸੀਂ ਉਹਦਾ ਫਿਰ ਸੈਂਪਲ ਕਰਾਵਾਂਗੇ। ਠੀਕ ਹੈ, ਠੀਕ ਹੈ, ਮੈਕਸਿਮਮ ਡਿਟੈਕਟ ਕਰਕੇ ਹਾਂਜੀ ਰਿਲੀਫ ਦਵਾਵਾਂਗੇ। ਯਾਨੀ ਕਿ ਹਰ ਘਰ ਦੇ ਵਿੱਚ ਪਹੁੰਚ ਕੀਤੀ ਜਾਊਗੀ? ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਆਸ਼ਾ ਵਰਕਰ ਕਰਨਗੇ ਸਾਰੇ? ਨਹੀਂ, ਆਸ਼ਾ ਵਰਕਰ ਹੋਰ ਵੀ ਸਟਾਫ ਨੂੰ ਇਨਵੋਲਵ ਕਰਾਂਗੇ। ਠੀਕ ਹੈ, ਤੇ ਕਦੋਂ ਤੋਂ ਸ਼ੁਰੂ ਕਰ ਰਹੇ ਹੈਗੇ ਆ? ਇਹ ਸ਼ੁਰੂ ਕਰਾਂਗੇ ਹੁਣ ਆਪਣੇ ਕੱਲ ਤੋਂ ਬਾਅਦ, ਸੜਕ ਕਿੱਟ ਦਾ ਆਰਡਰ ਦਿੱਤਾ ਹੈ ਰੈਪਿਡ ਦਾ। ਬੱਚਿਆਂ ਜਿਹੜੀਆਂ ਵੀ ਜਿਹੜੇ ਜ਼ਰੂਰੀ ਟੀਕਾ ਕਰਨ ਹੁੰਦੇ ਨੇ ਉਹ ਜਾ ਕੇ ਉੱਥੇ ਕਰਦੇ ਨੇ, ਤੇ ਕੋਰੋਨਾ ਦੇ
ਦੌਰ ਦੇ ਵਿੱਚ ਵੀ ਆਸ਼ਾ ਵਰਕਰਾਂ ਤੋਂ ਹੀ ਜ਼ਿਆਦਾ ਜਿਹੜਾ ਕੰਮ ਉਹ ਲਿਆ ਜਾ ਰਿਹਾ ਹੈ। ਸੋ ਮਾਲਵੇ ਦੀ ਹੀ ਇੱਕ ਆਸ਼ਾ ਵਰਕਰ ਤੋਂ ਅਸੀਂ ਜਾਣਕਾਰੀ ਲੈ ਰਹੇ ਹਾਂ, ਉਹ ਵੀ ਗੁਪਤ ਰੂਪ ਦੇ ਵਿੱਚ ਹੀ ਅਸੀਂ ਜਾਣਕਾਰੀ ਲੈ ਰਹੇ ਹਾਂ, ਕਿਉਂਕਿ ਸਿਹਤ ਕਰਮੀ ਨੇ ਜਿਹੜੇ ਉਹ ਵੀ ਇੰਝ ਜਾਣਕਾਰੀ ਦੇਣ ਤੋਂ ਖੁੱਲ੍ਹੇ ਤੌਰ 'ਤੇ ਜਾਣਕਾਰੀ ਦੇਣ ਤੋਂ ਘਬਰਾਉਂਦੇ ਨੇ, ਕਿਉਂਕਿ ਪਿੱਛੇ ਤੁਸੀਂ ਦੇਖਿਆ ਕਿ ਜਿਹੜੇ ਪੈਰਾਮੈਡੀਕਲ ਸਟਾਫ ਨੇ ਹੜਤਾਲ ਕੀਤੀ ਸੀ ਤਾਂ ਸਰਕਾਰ ਨੇ ਕਿਵੇਂ ਉਹਨਾਂ ਦੀ ਧੌਣ 'ਤੇ ਗੋਡਾ ਰੱਖ ਕੇ ਉਹਨਾਂ ਨੂੰ ਵਾਪਸ ਡਿਊਟੀਆਂ 'ਤੇ ਬੁਲਾਇਆ। ਲਿਖਤੀ ਤੌਰ 'ਤੇ ਲਿਆ ਕਿ ਤੁਸੀਂ ਕਿਸੇ ਵੀ ਹੜਤਾਲ ਦੇ ਵਿੱਚ ਸ਼ਾਮਿਲ ਨਹੀਂ ਹੋਵੋਗੇ, ਲਿਖਤੀ ਤੌਰ 'ਤੇ ਲਿਆ। ਸੋ ਅਸੀਂ ਵੀ ਕਿਸੇ ਦੀ ਨੌਕਰੀ ਨੂੰ ਦਾਅ 'ਤੇ ਨਹੀਂ ਲਾ ਸਕਦੇ। ਹੁਣ ਆਪਾਂ ਇੱਕ ਡਾਕਟਰ ਦੇ ਨਾਲ ਗੱਲ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚਿਆਂ ਦੇ ਮਾਹਿਰ ਨੇ ਅਤੇ ਪੰਜਾਬ ਦੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕੋਵਿਡ ਕੇਅਰ ਸੈਂਟਰ ਦੇ ਵਿੱਚ, ਡਾਕਟਰ ਹਰਸ਼ਿੰਦਰ ਕੌਰ, ਉਹਨਾਂ ਨਾਲ ਸਾਡੀ ਗੱਲਬਾਤ ਹੋ ਜਾਵੇ ਅਤੇ ਉਹਨਾਂ ਤੋਂ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਇੱਕ ਡਾਕਟਰ ਦੇ ਮੁਤਾਬਿਕ ਕਿਹੜੇ ਸਿਹਤ ਪ੍ਰਬੰਧ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਕਿ ਪਿੰਡਾਂ ਦੇ ਵਿੱਚ ਵਧੀ ਹੋਈ ਲਾਗ ਹੈ ਜਿਹੜੀ ਉਹ ਘੱਟ ਜਾਵੇ, ਪਿੰਡਾਂ ਦੇ ਵਿੱਚ ਕਰੋਨਾ ਦਾ ਜਿਹੜਾ ਕਹਿਰ ਹੈ ਉਹ ਘੱਟ ਜਾਵੇ, ਕਿਉਂਕਿ ਮੌਤਾਂ ਬਹੁਤ ਹੋ ਰਹੀਆਂ ਨੇ ਅਤੇ ਸੱਚਮੁੱਚ ਹੋ ਰਹੀਆਂ ਨੇ। ਦੇਖੋ, ਪਿੰਡ ਪੱਧਰ 'ਤੇ ਹੋਵੇ ਕਿ ਸ਼ਹਿਰ ਪੱਧਰ 'ਤੇ, ਕੁਝ ਚੀਜ਼ਾਂ ਮੁੱਢਲੀ ਸਿਹਤ ਸਹੂਲਤ ਵਾਸਤੇ ਦੁਨੀਆ ਭਰ ਵਿੱਚ ਲੋੜ ਹੁੰਦੀ ਹੈ। ਉਹਨਾਂ ਵਿੱਚ ਪਹਿਲੀ ਚੀਜ਼ ਹੁੰਦੀ ਹੈ ਅੰਤਰਰਾਸ਼ਟਰੀ ਪੱਧਰ ਦੀ ਇੱਕ ਐਂਬੂਲੈਂਸ, ਜਿਹਦੇ ਵਿੱਚ ਲਾਈਫ ਸੇਵਿੰਗ ਇਕੁਇਪਮੈਂਟ ਹੋਏ ਤਾਂ ਕਿ ਵੈਂਟੀਲੇਟਰ ਹੋਵੇ ਵਿੱਚ, ਨਾਲ ਆਕਸੀਜਨ ਦਾ ਪੂਰਾ ਪ੍ਰਬੰਧ ਹੋਵੇ ਤੇ ਸਾਹ ਜਿਹੜਾ ਬੰਦਾ ਲੈ ਕੇ ਜਾਵੇ ਉਹਨੂੰ ਪਤਾ ਹੋਵੇ ਕਿ ਕਿਸ ਤਰੀਕੇ ਉਹਨੇ ਫਸਟ ਏਡ ਕਰਨੀ ਹੈ, ਕਿਵੇਂ ਜੇ ਕੋਈ ਰਸਤੇ ਵਿੱਚ ਧੜਕਣ ਰੁਕਦੀ ਹੈ ਤਾਂ ਕਿਸ ਤਰੀਕੇ ਉਹਨੇ ਰਿਵਾਈਵ ਕਰਨਾ। ਯਾਨੀ ਇਹੋ ਜਿਹੀ ਪਹਿਲੀ ਚੀਜ਼ ਤਾਂ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਭਾਵੇਂ ਇਹ ਜਿੱਥੇ ਵੀ ਹੋਵੇ ਹਰ ਥਾਂ ਤੇ ਵਰਲਡ ਲੈਵਲ ਐਂਬੂਲੈਂਸ ਫ੍ਰੀ ਟਰੈਵਲ ਜਿਹੜੀ ਇੱਦਾਂ ਲੈ ਕੇ ਜਾਵੇ, ਇਹਦੀ ਸਖ਼ਤ ਲੋੜ ਹੈ ਜੀ। ਦੂਜੀ ਚੀਜ਼ ਹੁੰਦੀ ਜੇ ਜਿਹੜੀ ਪਿੰਡ ਪੱਧਰ ਤੇ ਜੋ ਸਾਡੀਆਂ ਡਿਸਪੈਂਸਰੀਜ਼ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਹੀ, ਤਾਂ ਕਿ ਘੱਟੋ ਘੱਟ ਮੂਵਮੈਂਟ ਇਸ ਮੌਕੇ ਹੋਵੇ। ਸੋ ਸਾਰਾ ਕੁਛ ਉੱਥੇ ਆਕਸੀਜਨ ਸਮੇਤ ਕੁਛ ਬੈੱਡ ਵੀ ਹੋਣ, ਭਾਵੇਂ 3 ਜਾਂ 4 ਹੀ ਹੋਣ ਉਸ ਪੱਧਰ ਤੇ, ਪਰ ਅਜਿਹੇ ਬੈੱਡ ਜਿਨ੍ਹਾਂ ਦੇ ਨਾਲ ਆਕਸੀਜਨ ਨਾਲ ਹੋਵੇ ਤੇ ਫਸਟ ਜਾਂ ਸੈਕਿੰਡ ਲੈਵਲ ਜਿਹੜੀ ਕੋਵਿਡ ਦੀ ਮੈਨੇਜਮੈਂਟ ਹੈ ਉਹ ਉੱਥੇ ਹੀ ਹੋ ਸਕੇ, ਤਾਂ ਕਿ ਸ਼ਹਿਰਾਂ ਦੇ ਵੱਲ ਇਹ ਲੋਡ ਘਟੇ। ਵੱਡੇ ਹਸਪਤਾਲਾਂ ਵਿੱਚ ਉਹ ਫਸਟ ਤੇ ਸੈਕਿੰਡ ਲੈਵਲ ਕੇਅਰ ਕਰਨ ਦੀ ਲੋੜ ਨਾ ਪਵੇ। ਸੋ ਪਹਿਲੀ ਚੀਜ਼ ਜ਼ਰੂਰੀ ਹੈ, ਦਾ ਮਤਲਬ ਹੈ ਹਰ ਤਰ੍ਹਾਂ ਦੀ ਦਵਾਈ ਟੀਕੇ ਉੱਥੇ ਇਕਵਿਪਡ ਹੋਣੇ ਚਾਹੀਦੇ ਨੇ। ਤੀਜੀ ਚੀਜ਼ ਕਿ ਪਿੰਡ ਪੱਧਰ ਤੇ ਵੀ ਤੁਹਾਡੇ ਕੋਲ, ਜੋ ਕਿ ਹਰ ਡਿਸਪੈਂਸਰੀ 'ਚ ਮੈਨੂੰ ਇਸ ਵੇਲੇ ਨਹੀਂ ਆਈਡੀਆ, ਪਰ ਮੈਂ ਸੋਚਦੀ ਹਾਂ ਕਿ ਹੋਣਾ ਹੀ ਚਾਹੀਦਾ ਕਿ ਥਰਮਾਮੀਟਰ ਹੋਵੇ, ਪਲਸ ਆਕਸੀਮੀਟਰ ਹਰ ਹਾਲ 'ਚ ਉੱਥੇ ਲਾਜ਼ਮੀ ਹੋਵੇ, ਤਾਂ ਕਿ ਸਾਰੇ ਜਿਹਨੂੰ ਵੀ ਕੋਈ ਪ੍ਰੋਬਲਮ ਦਿਸਦੀ ਹੋਏ ਇਨੀਸ਼ੀਅਲ ਲੈਵਲ ਤੇ ਸਾਰਾ ਕੁਛ ਮੈਨੇਜ ਹੋ ਸਕੇ। ਤੇ ਉਹਦੇ ਨਾਲੋ ਨਾਲ ਜਿਹੜੀ ਇੱਕ ਲਿਜਾਣ ਵਾਲੀ, ਯਾਨੀ ਜਿਵੇਂ ਇੱਕ ਤਾਂ ਘਰ ਤੱਕ ਜੇ ਕੋਈ ਪਲਸ ਜਿਹੜੀ, ਜਿਵੇਂ ਅੱਜ ਕੱਲ੍ਹ ਕੋਈ ਕੰਸਨਟ੍ਰੇਟਰਸ ਵਰਗੀਆਂ ਚੀਜ਼ਾਂ ਜੇ ਪਿੰਡ ਪੱਧਰ ਤੇ, ਕਿਉਂਕਿ ਬਹੁਤ ਸਾਰੀਆਂ ਡੋਨੇਸ਼ਨਸ ਆ ਰਹੀਆਂ, ਕੁਝ ਇਹੋ ਜਿਹੀ ਵੀ ਜ਼ਰੂਰ ਉੱਥੇ ਰੱਖਣੇ ਚਾਹੀਦੇ ਨੇ 2 ਜਾਂ 3, ਤਾਂ ਕਿ ਇਮੀਡੀਏਟ ਲੋੜ ਪੈਣ ਤੇ ਉਹ ਉੱਥੇ ਘਰਾਂ ਦੇ ਵਿੱਚ ਵੀ ਵਰਤੇ ਜਾ ਸਕਣ, ਤਾਂ ਕਿ ਘੱਟੋ ਘੱਟ ਲੋਕ ਸਗੋਂ ਨਿਕਲਣ ਜਿਹੜੇ ਇਹੋ ਜਿਹੇ ਨੇ ਘਰਾਂ ਵਿੱਚ, ਮੈਨੇਜ ਹੋ ਸਕਣ ਜਿਹੜੇ ਫਸਟ ਸਟੇਜ ਦੇ ਕੇਸ ਹਨ। ਫਿਰ ਪਿੰਡ ਪੱਧਰ ਤੇ ਟੀਕਾਕਰਨ ਇਸ ਵੇਲੇ ਬਹੁਤ ਲਾਜ਼ਮੀ ਹੋ ਚੁੱਕਿਆ, ਜਿਸ ਹਿਸਾਬ ਨਾਲ ਘਰਾਂ ਦੇ ਘਰ ਉੱਜੜ ਰਹੇ ਨੇ, ਸੋ ਜਦੋਂ ਪਤਾ ਹੈ ਕਿ ਸਾਨੂੰ ਟੀਕਾ ਮੌਤ ਦੇ ਮੂੰਹ ਚੋਂ ਬਚਾ ਸਕਦਾ ਜਾਂ ਸੀਰੀਅਸ ਬਿਮਾਰੀ ਤੋਂ ਰੋਕ ਸਕਦਾ, ਦੇਖੋ ਇੱਕ ਟੀਕੇ ਵਿੱਚ ਡੋਜ਼ ਹੁੰਦੀਆਂ ਨੇ 11 ਜੀ, ਜੇ ਆਪਾਂ 7 ਜਣੇ ਲਵਾ ਲਵਾਂਗੇ ਤਾਂ 3 ਡੋਜ਼ ਵੇਸਟ ਚਲੀਆਂ ਜਾਂਦੀਆਂ ਨੇ, ਜੋ ਇਸ ਵੇਲੇ ਅਸੀਂ ਕਤਈ ਬਰਦਾਸ਼ਤ ਨਹੀਂ ਕਰ ਸਕਦੇ, ਬਹੁਤ ਸਾਰੀਆਂ ਜਾਨਾਂ ਅਜਾਈ ਜਾ ਰਹੀਆਂ ਨੇ। ਸੋ ਇਹ ਵਾਇਲ ਉਦੋਂ ਹੀ ਖੋਲੀ ਜਾਵੇ ਜਦੋਂ ਉੱਥੇ 11 ਜਣੇ ਹੋਣ, ਤਾਂ ਕਿ ਸਾਰੀਆਂ ਡੋਜ਼ ਲੱਗ ਸਕਣ। ਇਹ ਟੀਕਾ ਬਣਾਉਣ ਵਾਲੀ ਕੰਪਨੀਆਂ ਨੇ ਸਾਫ਼ ਦੱਸ ਦਿੱਤਾ ਕਿ 10 ਭਾਵੇਂ ਡੋਜ਼ ਨੇ, ਫਿਰ ਵੀ ਇੱਕ ਐਕਸਟਰਾ ਪਾ ਕੇ ਭੇਜੀ ਗਈ ਹੈ। ਸੋ ਜੇ ਅਸੀਂ 7 ਜਣੇ ਲਵਾਉਂਦੇ ਹਾਂ ਤਾਂ ਸਮਝੋ 4 ਡੋਜ਼ ਵੇਸਟ ਹੋ ਗਈਆਂ, ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਸੋ ਜੇ ਮਨ ਵਿੱਚ ਅਜੇ ਵੀ ਵਹਿਮ ਸਦਕਾ ਲੋਕ ਟੀਕੇ ਨਹੀਂ ਲਵਾ ਰਹੇ, ਉਹਨਾਂ ਨੂੰ ਇੰਨੀ ਕੁ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਆਪਣੇ ਬੱਚਿਆਂ ਨੂੰ ਵਾਇਰਸ ਦੇ ਵਿਰੁੱਧ ਲਗਾਤਾਰ ਟੀਕੇ ਜੰਮਣ ਸਮੇਂ ਤੋਂ ਹੀ ਲੱਗਦੇ ਨੇ, ਤਾਂ ਉਹ ਜੇ ਅਲੱਗ ਅਲੱਗ ਵਾਇਰਸ ਜਾਂ ਹੋਰ ਕੀਟਾਣੂਆਂ ਦੇ ਖਿਲਾਫ ਟੀਕੇ ਉਹਨਾਂ ਨੂੰ ਲੱਗ ਰਹੇ ਨੇ, ਤਾਂ ਕਿਉਂ ਇਸ ਟੀਕੇ ਤੋਂ ਅਸੀਂ ਪਰਹੇਜ਼ ਕਰ ਰਹੇ ਹਾਂ, ਇਹਨੂੰ ਲਵਾ ਲਈਏ ਤਾਂ ਬੇਅੰਤ ਮੌਤਾਂ ਜੋ ਕਿ ਪਹਿਲਾਂ ਕਈਆਂ ਜਾ ਰਹੀਆਂ ਸੀ ਪਿੰਡ ਪੱਧਰ ਤੇ ਨਹੀਂ ਹੋ ਰਿਹਾ। ਇਸ ਵੇਲੇ ਮੈਂ ਹਸਪਿਟਲ 'ਚ ਇੱਕ ਟਰਸ਼ਰੀ ਹਸਪਿਟਲ 'ਚ ਕੰਮ ਕਰਦਿਆਂ ਹੋਇਆਂ ਦੱਸ ਰਹੀ ਹਾਂ,
ਬਹੁਤ ਵੱਡੀ ਗਿਣਤੀ ਨੌਜਵਾਨਾਂ ਦੀ, ਉਹ ਵੀ ਖਾਸ ਤੌਰ ਤੇ ਪਿੰਡਾਂ ਚੋਂ ਪਹੁੰਚ ਰਹੇ ਨੇ ਤੇ ਉਦੋਂ ਹੀ ਪਹੁੰਚਦੇ ਨੇ ਜਦੋਂ ਆਖਰੀ ਸਟੇਜ ਦੇ ਨੇੜੇ ਤੇੜੇ ਹੁੰਦੇ ਨੇ, ਜਿੱਥੇ ਪਤਾ ਹੁੰਦਾ ਕਿ ਹੁਣ ਮੌਤ ਸਾਹਮਣੇ ਹੈ, ਬਚਾਉਣਾ ਬਹੁਤ ਔਖਾ ਹੈ। ਫਿਰ ਉਹ ਡਾਕਟਰਾਂ ਤੇ ਤਾਂ ਜ਼ਰੂਰ ਕੱਢ ਦਿੰਦੇ ਨੇ ਕਸੂਰ ਕਿ ਇਹ ਇਹਨਾਂ ਨੇ ਮਾਰਿਆ, ਪਰ ਕੋਈ ਆਪ ਹੀ ਦੱਸੇ ਕਿ ਜੇ 30% ਆਕਸੀਜਨ ਨਾਲ ਪਹੁੰਚਣਾ ਉਦੋਂ ਤੱਕ ਓੜ ਪੋੜ ਕਰੀ ਜਾਂਦੇ ਨੇ ਘਰਾਂ 'ਚ ਹੀ ਬੈਠੇ, ਉਹ ਸਗੋਂ ਮਾਰੂ ਹਾਲਤ ਇਸ ਵੇਲੇ ਸਾਬਤ ਹੁੰਦੀ ਹੈ। ਇਸੇ ਲਈ ਮੈਂ ਬਹੁਤ ਜ਼ੋਰਦਾਰ ਆਵਾਜ਼ ਇਹ ਚੁੱਕਣਾ ਚਾਹੁੰਦੀ ਹਾਂ ਕਿ ਪਿੰਡ ਪੱਧਰ ਤੇ ਜਿਹੜਾ ਮਾਈਲਡ ਜਾਂ ਮੋਡਰੇਟ ਕੇਸ ਆ, ਉੱਥੇ ਜੇ ਮੈਨੇਜ ਹੋਣਾ ਸ਼ੁਰੂ ਹੋ ਜਾਏ ਤੇ ਲੋਕਾਂ ਦੇ ਮਨਾਂ 'ਚੋਂ ਡਰ ਵੀ ਨਿਕਲੇਗਾ, ਘਰ ਦੇ ਨੇੜੇ ਵੀ ਹੋਣਗੇ ਤੇ ਉਹ ਜਿਹੜੀ ਪੋਜ਼ਿਟਿਵ ਸੋਚ ਉਹਨਾਂ ਦੇ ਮਨਾਂ 'ਚ ਉਪਜੇਗੀ ਕਿ ਮੈਂ ਇੰਜੀ ਪੈਕ ਹੋ ਕੇ ਬੋਡੀ ਨਹੀਂ ਜਾਏਗੀ, ਮੈਂ ਕੋਲ ਹਾਂ, ਤਾਂ ਮੇਰਾ ਖਿਆਲ ਹੈ ਸਾਡੀ ਬਹੁਤ ਵੱਡੀ ਗਿਣਤੀ ਲੋਕ ਅਸੀਂ ਬਚਾ ਸਕਾਂਗੇ, ਸਮੇਂ ਦੀ ਲੋੜ ਹੈ ਇਸ ਵੇਲੇ। ਜੀ, ਪਿਛਲੇ ਦਿਨੀ ਸਭ ਤੋਂ ਵੱਧ ਚਰਚਾ ਦੇ ਵਿੱਚ ਆਇਆ ਸੀ ਮਾਨਸਾ ਜ਼ਿਲ੍ਹੇ ਦਾ ਪਿੰਡ ਨੰਗਲ ਕਲਾਂ। ਨੰਗਲ ਕਲਾਂ ਪਿੰਡ ਦੇ ਵਿੱਚ ਕਰੋਨਾ ਦੇ ਸਰਪੰਚ ਸਾਹਿਬ ਦੇ ਕਹਿਣ ਦੇ ਮੁਤਾਬਿਕ ਤਾਂ ਸਿਰਫ ਕੁਛ ਕੇਸ ਹੀ ਆਏ ਨੇ, ਸਿਰਫ 3 ਮੌਤਾਂ ਹੋਈਆਂ ਨੇ, ਪਰ ਜਿਹੜੇ ਆਮ ਲੋਕ ਨੇ ਉਹ ਕਹਿਣ ਤੋਂ, ਫੋਨ ਤੇ ਗੱਲ ਕਹਿਣ ਤੋਂ ਤਾਂ ਡਰਦੇ ਨੇ, ਪਰ ਉਹ ਅੰਦਰ ਖਾਤੇ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ 25 ਤੋਂ 30 ਮੌਤਾਂ ਹੋ ਚੁੱਕੀਆਂ ਨੇ, ਪਰ ਸਰਪੰਚ ਸਾਹਿਬ ਪਤਾ ਨਹੀਂ ਕਿਉਂ ਇਹਨਾਂ ਅੰਕੜਿਆਂ ਨੂੰ ਲੁਕਾਉਣਾ ਚਾਹੁੰਦੇ ਨੇ। ਇੱਥੋਂ ਦੇ ਸਰਪੰਚ ਕਰਮ ਸਿੰਘ ਦੇ ਨਾਲ ਅਸੀਂ ਗੱਲਬਾਤ ਕੀਤੀ, ਕਿਉਂਕਿ ਇਸ ਪਿੰਡ ਨੂੰ ਪੂਰੀ ਤਰ੍ਹਾਂ ਦੇ ਨਾਲ ਸਿਹਤ ਵਿਭਾਗ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਸੀ। ਇੱਕਦਮ ਹੋਈਆਂ ਮੌਤਾਂ ਦੇ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਸੀ। ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਘਰ ਦੇ 4 ਜੀ ਮਾਰੇ ਗਏ ਨੇ। ਇੱਕ ਪਿਓ ਦੀ ਮੌਤ ਕਰੋਨਾ ਨਾਲ ਹੋ ਗਈ, ਦੋਵੇਂ ਪੁੱਤਾਂ ਦੀ ਮੌਤ ਵੀ ਕਰੋਨਾ ਨਾਲ ਹੋ ਗਈ ਤੇ ਸਹੁਰੇ ਘਰ ਰਹਿੰਦੀ ਧੀ ਦੀ ਮੌਤ ਵੀ ਕਰੋਨਾ ਦੇ ਨਾਲ ਹੋ ਗਈ ਹੈ। ਫਿਰੋਜ਼ਪੁਰ ਤੋਂ ਵੀ ਅਜਿਹੀ ਹੀ ਇੱਕ ਖਬਰ ਹੈ। ਬਿਲਕੁਲ ਇਹ ਸਹੀ ਖਬਰਾਂ ਨੇ, ਪੁਖਤਾ ਖਬਰਾਂ ਨੇ। ਫਿਰੋਜ਼ਪੁਰ ਦੇ ਵਿੱਚ ਵੀ ਇੱਕ ਪਰਿਵਾਰ ਦੇ 5 ਜੀ 10 ਦਿਨਾਂ ਦੇ ਵਿੱਚ ਹੀ ਮਾਰੇ ਜਾ ਚੁੱਕੇ ਨੇ। ਇਹ ਵੀ ਫਿਰੋਜ਼ਪੁਰ ਦੇ ਇੱਕ ਪਿੰਡ ਦੀ ਹੀ ਖਬਰ ਹੈ। ਅਸੀਂ ਗੱਲ ਕੀਤੀ ਪਿੰਡ ਨੰਗਲ ਕਲਾਂ ਦੇ ਸਰਪੰਚ ਕਰਮ ਸਿੰਘ ਦੇ ਨਾਲ। ਸੋ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਸਿਹਤ ਪ੍ਰਬੰਧਾਂ ਦੇ ਜਿਹੜੇ ਜ਼ਮੀਨੀ ਹਾਲਾਤ ਜਾਣਨ ਦੀ ਆਪਾਂ ਕੋਸ਼ਿਸ਼ ਕੀਤੀ ਹੈ, ਅਤੇ ਜੇ ਪੰਜਾਬ ਦੇ ਇੱਕ ਇੱਕ ਪਿੰਡ ਦੀ ਆਪਾਂ ਗੱਲ ਕਰਨ ਲੱਗ ਜਾਈਏ ਤਾਂ ਸ਼ਾਇਦ ਸਾਲਾਂ ਹੀ ਲੱਗ ਜਾਣਗੇ ਇੱਕ ਇੱਕ ਪਿੰਡ ਦੇ ਸਿਹਤ ਪ੍ਰਬੰਧਾਂ ਦੇ ਹਾਲਾਤ ਬਾਰੇ ਤੁਹਾਨੂੰ ਦੱਸਦੇ ਹੋਏ। ਇੱਕ ਐਸਟੀਮੇਟ ਹੁੰਦਾ ਹੈ ਪੂਰੇ ਪੰਜਾਬ ਦੇ ਪਿੰਡਾਂ ਦਾ, ਇੱਕ ਐਸਟੀਮੇਟ ਹੈ ਕਿ ਇਸ ਤਰ੍ਹਾਂ ਦੇ ਹੀ ਹਾਲਾਤ ਸ਼ਾਇਦ ਸਾਰੇ ਪਿੰਡਾਂ ਦੇ ਵਿੱਚ ਹੋਣਗੇ। ਹਾਲਾਂਕਿ ਜ਼ਿਲ੍ਹਾ ਪੱਧਰ 'ਤੇ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਉਹਦੇ ਵੱਲੋਂ ਵੱਖਰੇ ਪ੍ਰਬੰਧ ਵੀ ਕੀਤੇ ਜਾਂਦੇ ਨੇ, ਆਪਣੇ ਤੌਰ 'ਤੇ ਵਧੀਆ ਪ੍ਰਬੰਧ ਵੀ ਕੀਤੇ ਜਾਂਦੇ ਨੇ, ਪਰ ਕਿਤੇ ਕਿਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਉਹ ਘੂਕ ਨੀਂਦ ਦੇ ਵਿੱਚ ਵੀ ਸੁੱਤਾ ਰਹਿੰਦਾ ਹੈ। ਸੋ ਸਭ ਤੋਂ ਵੱਡਾ ਸਵਾਲ ਇਹੀ ਉੱਠਦਾ ਹੈ ਇਸ ਖਾਸ ਪ੍ਰਾਈਮ ਟਾਈਮ ਦੇ ਵਿੱਚ ਕਿ ਕੀ ਸਿਹਤ ਢਾਂਚਾ ਪਹਿਲਾਂ ਹੀ ਮਜ਼ਬੂਤ ਨਹੀਂ ਹੋਣਾ ਚਾਹੀਦਾ ਸੀ। ਕੇਂਦਰ ਸਰਕਾਰ ਕੱਲ੍ਹ ਜਦੋਂ ਹੁਕਮ ਦਿੰਦੀ ਹੈ ਕਿ ਪਿੰਡਾਂ ਦੇ ਵਿੱਚ ਨਵੇਂ ਦਿਸ਼ਾ ਨਿਰਦੇਸ਼ ਲਾਗੂ ਕੀਤੇ ਜਾਣ, ਉਦੋਂ ਕਿਹਾ ਜਾ ਰਿਹਾ ਕਿ ਇਹ ਜਿਹੜਾ ਪੂਰੇ ਭਾਰਤ ਦੇ ਪਿੰਡਾਂ ਦੇ ਵਿੱਚ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਕਦਮ ਚੁੱਕ ਰਹੇ ਹਾਂ। ਇੱਥੇ ਦਾ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੀ ਸਿਹਤ ਸੰਭਾਲ ਢਾਂਚਾ ਪਹਿਲਾਂ ਹੀ ਮਜ਼ਬੂਤ ਨਹੀਂ ਹੋਣਾ ਚਾਹੀਦਾ ਸੀ। ਇਹ ਕੋਈ ਅੱਜ ਆਈ ਬਿਮਾਰੀ ਤਾਂ ਹੈ ਨਹੀਂ, 1 ਸਾਲ ਪਹਿਲਾਂ ਆਈ ਬਿਮਾਰੀ ਹੈ, 1 ਸਾਲ ਤੋਂ ਵੀ ਵੱਧ ਸਮਾਂ ਹੁਣ ਹੋ ਚੁੱਕਿਆ। ਕੀ ਉਦੋਂ ਨਹੀਂ ਪਤਾ ਲੱਗਿਆ ਸੀ ਕਿ ਪ੍ਰਬੰਧ ਕਿੱਥੇ ਕਿੱਥੇ ਕੀ ਕਰਨੇ ਨੇ, ਕੀ ਅਜਿਹਾ ਨਹੀਂ ਹੋ ਸਕਦਾ ਸੀ? ਪਿੰਡਾਂ ਵਾਲਿਆਂ ਦੀ ਹੈਲਪ ਲੈ ਲਵੇ ਸਰਕਾਰ, ਪਿੰਡਾਂ ਵਾਲਿਆਂ ਦੀ ਮਦਦ ਦੇ ਨਾਲ ਹਰ ਪਿੰਡ ਦੇ ਵਿੱਚ ਕੋਵਿਡ ਕੇਅਰ ਸੈਂਟਰ ਬਣਾ ਦਿੱਤੇ ਜਾਣ। ਪਿੰਡਾਂ ਦੇ ਵਿੱਚ ਜਿਹੜੇ ਬੇਰੁਜ਼ਗਾਰ ਡਾਕਟਰ ਤੁਰੇ ਫਿਰਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਜਿਹੜੇ ਸਿਹਤ ਕਰਮੀ ਨੇ ਜਿਨ੍ਹਾਂ ਨੂੰ ਕਿਤੇ ਵੀ ਸਰਕਾਰ ਐਡਜਸਟ ਨਹੀਂ ਕਰ ਪਾ ਰਹੀ, ਜਿਹੜੇ ਹੜਤਾਲਾਂ 'ਤੇ ਰਹਿੰਦੇ ਨੇ, ਕੀ ਉਹਨਾਂ ਨੂੰ ਕੰਟਰੈਕਟ ਬੇਸ 'ਤੇ ਭਰਤੀ ਨਹੀਂ ਕੀਤਾ ਜਾ ਸਕਦਾ? ਹਰ ਪਿੰਡ ਦੇ ਵਿੱਚ ਕੋਵਿਡ ਕੇਅਰ ਸੈਂਟਰ ਬਣਾਇਆ ਜਾ ਸਕਦਾ ਹੈ ਜੇ ਬਣਾਉਣ ਦੀ ਨੀਅਤ ਹੋਵੇ, ਜੇ ਸਰਕਾਰ ਦੇ ਕੋਲ ਪਲਾਨ ਹੋਵੇ, ਸਟ੍ਰੈਟਜੀ ਹੋਵੇ। ਪਿੰਡਾਂ ਵਾਲਿਆਂ ਨੂੰ ਜਦੋਂ ਤੁਸੀਂ ਕੋਈ ਵੀ ਸਿਹਤ ਪ੍ਰਸ਼ਾਸਨ ਹੈ ਜਿਹੜਾ ਜਾ ਕੇ ਹਰ ਪਿੰਡ ਦੇ ਵਿੱਚ ਜਦੋਂ ਜਾ ਕੇ ਸੰਪਰਕ ਕਰੇਗਾ ਤਾਂ ਪਿੰਡਾਂ ਵਾਲੇ ਜ਼ਰੂਰ ਇਹ ਪ੍ਰਬੰਧ ਕਰਨਗੇ। ਲੋੜ ਹੁੰਦੀ ਹੈ ਉਹਨਾਂ ਨੂੰ ਇੱਕ ਪਲਾਨ ਦੇਣ ਦੀ। ਸੋ ਵੱਡਾ ਸਵਾਲ ਇਹੀ ਹੈ ਕਿ ਸਿਹਤ ਸੰਭਾਲ ਢਾਂਚੇ ਦੇ ਵਿੱਚ ਮਜ਼ਬੂਤੀ ਪਹਿਲਾਂ ਹੀ ਕਿਉਂ ਨਹੀਂ ਲਿਆਂਦੀ ਗਈ? ਕਿਉਂਕਿ ਸਰਕਾਰ ਦੀ ਅੱਖ ਦੇ ਨਾਲ ਦੇਖੀਏ ਤਾਂ ਸਭ ਕੁਛ ਚੰਗਾ ਲੱਗਦਾ, ਸਰਕਾਰ ਦੇ ਵੱਲੋਂ ਬਿਆਨ ਹੀ ਇਹੋ ਜਿਹੇ ਦਿੱਤੇ ਜਾਂਦੇ ਨੇ ਕਿ ਸਭ ਕੁਛ ਠੀਕ ਹੈ, ਅਸੀਂ ਇੱਥੇ ਇੰਨੀਆਂ ਟੀਮਾਂ ਤੈਨਾਤ ਕਰ ਦਿੱਤੀਆਂ, ਸਾਡੇ ਇਸ ਹਸਪਤਾਲ ਦੇ ਵਿੱਚ ਇੰਨੀ ਆਕਸੀਜਨ ਪਹੁੰਚ ਗਈ ਹੈ। ਇਸ ਤਰ੍ਹਾਂ ਦੇ ਬਿਆਨ ਜੋ ਦਿੱਤੇ ਜਾਂਦੇ ਨੇ ਤਾਂ ਲੋਕਾਂ ਨੂੰ ਲੱਗਦਾ ਬੜਾ ਵਧੀਆ, ਸਭ ਕੁਛ ਠੀਕ ਚੱਲ ਰਿਹਾ, ਸਰਕਾਰ ਕਹਿੰਦੀ ਹੈ ਕਿ ਅਸੀਂ ਸਭ ਕੁਛ ਕੰਟਰੋਲ ਕਰ ਪਾ ਰਹੇ ਹਾਂ। ਜਦੋਂ ਇਹੋ ਜਿਹੀਆਂ ਗੱਲਾਂ ਸਰਕਾਰ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ
ਇਹ ਸਭ ਸੁਣ ਕੇ ਲੋਕ ਆਪਣੀ ਕਿਸਮਤ ਨੂੰ ਕੋਸਦੇ ਜ਼ਰੂਰ ਨੇ, ਮੁਸਕਰਾਉਂਦੇ ਜ਼ਰੂਰ ਨੇ, ਆਪਣੇ ਆਪ ਇੱਕ ਵਿਅੰਗਮਈ ਹਾਸਾ ਜਿਹੜਾ ਉਹ ਲੋਕਾਂ ਦੇ ਚਿਹਰੇ 'ਤੇ ਆਉਂਦਾ ਹੈ, ਜਾਂ ਕਹਿ ਲਈਏ ਕਿ ਤਰਸ ਭਰਿਆ ਹਾਸਾ ਆਉਂਦਾ ਕਿ ਇੰਨਾ ਝੂਠ ਜਾਂ ਇੰਨਾ ਧੋਖਾ ਕਿਉਂ। ਖੈਰ ਹੁਣ ਲੋੜ ਤਾਂ ਇਹੀ ਹੈ ਕਿ ਸਾਵਧਾਨੀਆਂ ਦੀ ਪਾਲਣਾ ਕਰੀਏ, ਆਪਣੇ ਆਪ ਕਰੀਏ, ਮਾਸਕ ਪਹਿਨ ਕੇ ਰੱਖੀਏ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀਏ। ਪਰ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਦਿਲਾਂ ਦੇ ਵਿੱਚ ਕੋਈ ਡਿਸਟੈਂਸ ਨਾ ਰੱਖੀਏ, ਜਿਹਦੀ ਵੀ ਕਿਸੇ ਦੀ ਮਾੜੀ ਮੋਟੀ ਵੀ ਮਦਦ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ। ਇੰਨਾ ਡਰ ਕੇ ਇਸ ਬਿਮਾਰੀ ਨੇ ਸਰ ਨਹੀਂ ਹੋਣਾ, ਡਰੋ ਨਾ ਅਤੇ ਲੋਕਾਂ ਤੋਂ ਦੂਰੀ ਨਾ ਬਣਾਓ, ਹਰ ਕਿਸੇ ਦੀ ਮਦਦ ਕਰੋ, ਦਲੇਰ ਬਣ ਕੇ ਰਹੋ। ਇਸ ਬਿਮਾਰੀ ਦਾ ਜਿਹੜਾ ਹੈਗਾ ਸਾਹਮਣਾ ਕਰਨਾ, ਜਿਹੜਾ ਬਚਾਅ ਤੁਸੀਂ ਆਪ ਕਰ ਸਕਦੇ ਹੋ ਉਹ ਤਾਂ ਕਰੋ ਸਰਕਾਰਾਂ ਨੇ, ਕਿਉਂਕਿ ਕੁਛ ਨਹੀਂ ਕਰਨਾ ਹੁੰਦਾ, ਖਾਸ ਬਿਆਨ ਦੇਣੇ ਹੁੰਦੇ ਨੇ। ਸਾਨੂੰ ਤਾਂ ਪਤਾ ਅਸੀਂ ਮੀਡੀਆ ਦੇ ਵਿੱਚ ਅਸੀਂ ਬਿਆਨ ਜਿਹੜੇ ਸਰਕਾਰ ਦਿੰਦੀ ਹੈ, ਅਸੀਂ ਵੀ ਖਬਰਾਂ ਬੜੀਆਂ ਜਿਹੜੀਆਂ ਹੈਗੀਆਂ ਸਾਰੀਆਂ ਤੁਹਾਨੂੰ ਦੱਸਦੇ ਹਾਂ ਕਿ ਹੁਣ ਇਸ ਤਰ੍ਹਾਂ ਹੋਏਗਾ, ਉਸ ਤਰ੍ਹਾਂ ਹੋਏਗਾ, ਪਰ ਜਦੋਂ ਜਾ ਕੇ ਦੇਖੀਦਾ ਗਰਾਊਂਡ 'ਤੇ ਤਾਂ ਬਹੁਤ ਘੱਟ ਅਸਰ ਹੋ ਰਿਹਾ ਹੁੰਦਾ। ਜ਼ਮੀਨੀ ਹਕੀਕਤ ਕੁਛ ਹੋਰ ਹੁੰਦੀ ਹੈ ਅਤੇ ਜਿਹੜੇ ਬਿਆਨ ਹੁੰਦੇ ਨੇ ਉਹ ਕੁਛ ਹੋਰ ਹੁੰਦੇ ਨੇ। ਸੋ ਆਪਣਾ ਧਿਆਨ ਆਪ ਰੱਖੋ। ਧੰਨਵਾਦ।